ਤੇ ਔਰਤਾਂ ਨੂੰ ਇੱਥੇ ਵੀ ਹੱਕ ਨਹੀਂ ਸੀਗਾ ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਵੋਟ ਪਾ ਸਕੋ ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਘਰ ਲੈ ਸਕੋ ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਬਿਜ਼ਨਸ ਆਪਣੇ ਨਾਂ 'ਤੇ ਬਿਜ਼ਨਸ ਲੋਨ ਤੱਕ ਲੈ ਸਕੋ ਇੱਥੇ ਵੀ ਉਹ ਸਿਚੁਏਸ਼ਨ ਜਿਹੜੀਆਂ ਸੀਗੀਆਂ ਉਹਦੇ ਲੈਜਿਸਲੇਸ਼ਨ 'ਚ ਵੀ ਨਹੀਂ ਸੀ ਉਹਦੇ ਲਈ ਵੀ ਲੜਨਾ ਪਿਆ ਜਿਹੜਾ ਵੱਡਾ ਵਖਰੇਵਾਂ ਆਉਂਦਾ ਉਹ ਆਉਂਦਾ ਫਾਈਨੈਂਸ਼ਲੀ ਕਿਸ ਨੇ ਵੱਡੇ ਐਸੈਟਸ ਕੰਟਰੋਲ ਕੀਤੇ ਹੋਏ ਆ ਵੱਡੇ ਐਸੈਟਸ ਜਿਹੜੇ ਅੱਜ ਹੈ ਭਾਵਾਂ ਕਿਤੇ ਵੀ ਆ ਦੁਨੀਆ ਦੇ ਵਿੱਚ ਉਹ ਮਰਦ ਨੇ ਕੰਟਰੋਲ ਕੀਤੇ ਅਤੇ ਉਹਨੇ ਉਸੇ ਹਿਸਾਬ ਦੇ ਨਾਲ ਉਸਨੂੰ ਬਹੁਤ ਤਰੀਕੇ ਦੇ ਨਾਲ ਸਿਕਿਓਰ ਕੀਤਾ ਹੋਇਆ ਸੋ ਉਹ ਸਾਰਾ ਜਿਹੜਾ ਹੈ ਉਸ ਹਿਸਾਬ ਦੇ ਨਾਲ ਜੇ ਤੁਸੀਂ ਕਹੀਏ ਕਿ ਔਰਤ ਬਰਾਬਰ ਹੈ ਔਰਤ ਨੂੰ ਉਹ ਬਰਾਬਰੀ ਨਹੀਂ ਦਿੱਤੀ ਉਹ ਪ੍ਰੋਟੈਕਸ਼ਨ ਵਾਲੀ ਜਿਹੜਾ ਇੱਕ ਮਾਹੌਲ ਹੈ ਉਹ ਬੇਟੀਆਂ ਨੂੰ ਐਕਸਪੀਰੀਅੰਸ ਜ਼ਿੰਦਗੀ ਦੇ ਵਿੱਚ ਕਰਨ ਨਹੀਂ ਦਿੰਦਾ ਰਾਈਟ ਤੁਸੀਂ ਕਹੋਗੇ ਬਰਾਬਰ ਤਾਂ ਨਹੀਂ ਨਹੀਂ ਸਾਡੀ ਤਾਂ ਬੱਚੀ ਨੂੰ ਫਿਕਰ ਨਹੀਂ ਕਰਨ ਦੀ ਲੋੜ ਆਰਾਮ ਨਾਲ ਬੈਠੀ ਆ ਮੁੰਡਾ ਸਾਡਾ ਜਾਂਦਾ ਸਾਰੇ ਕੰਮ ਕਰਕੇ ਆਉਂਦਾ ਜਿਹਨੂੰ ਆਜ਼ਾਦ ਰਹਿਣਾ ਨਾ ਆਵੇ ਜਿਹਨੂੰ ਪਿੰਜਰੇ ਦੇ ਵਿੱਚ ਰਹਿਣਾ ਆਵੇ ਤੁਸੀਂ ਉਹਨੂੰ ਜਿੱਥੇ ਮਰਜ਼ੀ ਜਾ ਕੇ ਖੜਾ ਕਰ ਦਿਓ ਕੁੜੀਆਂ ਅਤੇ ਮੁੰਡੇ ਇਕੱਠੇ ਕਲੱਬਸ 'ਚ ਜਾ ਰਹੇ ਆ ਇਕੱਠੇ ਉਹ ਡਰਿੰਕਸ ਕਰ ਰਹੇ ਉਹਨਾਂ ਨੂੰ ਕੋਈ ਰੌਲਾ ਨਹੀਂ ਔਰਤ ਨੂੰ ਇਹ ਕਹਿਣਾ ਵੀ ਮੈਂ ਡਰਿੰਕ ਚੱਕ ਕੇ ਪੀ ਰਹੀ ਹਾਂ ਮੁੰਡਿਆਂ ਨੂੰ ਬਿਲਕੁਲ ਪ੍ਰੋਬਲਮ ਵੀ ਆਪਣੇ ਜਿਹੜੇ ਅੱਜ ਕੱਲ੍ਹ ਦੇ ਬੱਚੇ ਹੈ ਮੁੰਡਿਆਂ ਦੇ ਵਿੱਚ ਅੱਛਾ ਉਹਨਾਂ ਨੂੰ ਇਹ ਨਹੀਂ ਹੈ ਜੇ ਸਾਡੀ ਇਸ ਬੇਟੀ ਦੀ ਕੋਈ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ ਪਹਿਲਾਂ ਹੁਣ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ ਕਿ ਇੱਕ ਔਰਤ ਜਿਹੜੀ 35 ਸਾਲਾਂ ਦੀ ਆ ਉਹ ਨਰਸ ਹੈ ਇੱਥੇ ਸਰੀ ਦੇ ਵਿੱਚ ਅਤੇ ਮੈਨੂੰ ਇਹ ਪਤਾ ਲੱਗਦਾ ਕਿ ਉਹਦਾ ਹਸਬੈਂਡ ਜਿਹੜਾ ਹੈ ਉਸਨੂੰ ਕੁੱਟਦਾ ਮਾਰਦਾ ਜਨਰਲਾਈਜ਼ ਨਹੀਂ ਆਪਾਂ ਕਰ ਸਕਦੇ ਸੋ ਨਰਸ ਜਿਹੜੀ ਆ ਉਹ ਐਟਲੀਸਟ 35-45 ਜਿਹੜੇ ਡਾਲਰਸ ਇਨ ਆਵਰ ਬਣਾ ਰਹੀ ਹੈ ਸੋ ਫਾਈਨੈਂਸ਼ਲੀ ਇੰਡੀਪੈਂਡੈਂਸ ਉਹਦੇ ਕੋਲ ਹੈਗੀ ਆ ਠੀਕ ਹੈ ਪਰ ਕੀ ਉਹਦੇ ਕੋਲ ਕੌਨਫੀਡੈਂਸ ਹੈਗਾ ਕਿ ਮੈਂ ਬੇਸਮੈਂਟ 'ਚ ਰਹਿ ਲੂੰਗੀ ਮੈਨੂੰ ਘਰ 'ਚ ਜੇ ਨਾ ਵੀ ਰਹੀ ਤਾਂ ਮੇਰਾ ਕੋਈ ਗੱਲ ਨਹੀਂ ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਅਸੀਂ ਇੱਕ ਖਾਸ ਵਿਸ਼ੇ 'ਤੇ ਗੱਲਬਾਤ ਕਰਨੀ ਹੈ ਕੈਨੇਡੀਅਨ ਸਮਾਜ ਦੇ ਵਿੱਚ ਪੰਜਾਬੀ ਔਰਤਾਂ ਦੀ ਸਥਿਤੀ ਕੀ ਹੈ ਬਹੁਤ ਵਾਰੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਔਰਤਾਂ ਦੀ ਸਥਿਤੀ ਬਾਰੇ ਬਰਾਬਰ ਨੇ ਬਰਾਬਰ ਨਹੀਂ ਹੈ ਕਦੇ ਭਰੂਣ ਹੱਤਿਆ ਕਦੇ ਦਾਜ ਦੀ ਸਮੱਸਿਆ ਕਦੇ ਡੋਮੈਸਟਿਕ ਵਾਇਲੈਂਸ ਬਹੁਤ ਕੁਛ ਇਸ ਮੁੱਦੇ ਦੇ ਵਿੱਚ ਆਉਂਦਾ ਅੱਜ ਅਸੀਂ ਇਸ ਸਮੱਸਿਆ ਨੂੰ ਥੋੜ੍ਹਾ ਜਿਹਾ ਡੁੰਘਾਈ 'ਚ ਫੜਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬੀ ਔਰਤ ਆਮ ਤੌਰ 'ਤੇ ਹੀ ਹੈ ਸਾਡੇ ਕੋਲ ਇਹ ਇੱਕ ਮੰਨੀ ਹੋਈ ਗੱਲ ਆ ਕਿ ਔਰਤ ਮਰਦ ਦੇ ਬਰਾਬਰ ਨਹੀਂ ਆ ਭਾਵੇਂ ਇੱਥੇ ਵੀ ਆ ਗਈ ਹੈ ਅਸੀਂ ਬਹੁਤ ਸਾਰੀਆਂ ਉਦਾਹਰਨਾਂ ਦਿੰਦੇ ਹਾਂ ਸਵਾਲ ਇਹ ਆ ਕਿ ਸਾਡੇ ਕੋਲ ਮਾਡਲ ਕਿਹੜਾ ਆ ਜੇ ਪੰਜਾਬੀ ਔਰਤ ਬਰਾਬਰ ਨਹੀਂ ਆ ਤਾਂ ਕਿ ਜਿਹੜੇ ਇੱਥੇ ਦੇ ਲੋਕ ਆ ਗੋਰੇ ਆ ਉਹ ਔਰਤਾਂ ਮਰਦ ਦੇ ਬਰਾਬਰ ਨੇ ਜਾਂ ਉਹ ਕੀ ਸ਼ੁਰੂ ਤੋਂ ਹੀ ਇੱਦਾਂ ਹੀ ਸੀ ਜੇ ਨਹੀਂ ਸੀ ਤਾਂ ਜੇ ਅਸੀਂ ਮੰਨ ਲੈਂਦੇ ਕਿ ਉਹ ਬਰਾਬਰ ਸੀ ਫਿਰ ਕੈਨੇਡਾ ਦੇ ਵਿੱਚ ਜਿਹੜੀ ਪ੍ਰਾਈਮ ਮਿਨਿਸਟਰ ਔਰਤ ਕਿਉਂ ਨਹੀਂ ਹੈ ਥੋੜ੍ਹੇ ਚਿਰ ਲਈ ਇੱਕ ਸੀ ਅਮੈਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਕਿਉਂ ਨਹੀਂ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਰਾਬਰ ਤਾਂ ਨਹੀਂ ਹੈ ਟੌਪ 'ਤੇ ਬਿਜ਼ਨਸਮੈਨ ਕੱਢ ਲਓ ਸਭ ਤੋਂ ਅਮੀਰ ਬੰਦੇ ਕੱਢ ਲਓ ਉਹਨਾਂ ਦੇ ਵਿੱਚ ਔਰਤਾਂ ਕਿਉਂ ਨਹੀਂ ਹੈ ਕੀ ਮਰਦ ਔਰਤ ਨੂੰ ਸਿਰਫ ਉੱਥੇ ਤੱਕ ਹੀ ਆਜ਼ਾਦੀ ਦਿੰਦਾ ਜਿੱਥੇ ਤੱਕ ਉਹ ਚਾਹੁੰਦਾ ਕਿ ਉਹ ਜਾਵੇ ਕੀ ਉਹ ਕੁਛ ਕੰਮ ਜਿਹੜੇ ਆ ਜਿਨ੍ਹਾਂ ਨੇ ਇਹ ਚੀਜ਼ ਤੈਅ ਕਰਨੀ ਹੈ ਕਿ ਸੱਤਾ ਕਿਹਦੀ ਆ ਤਾਕਤ ਕਿਹਦੇ ਕੋਲ ਆ ਉਹ ਸਿਰਫ ਮਰਦਾਂ ਦੇ ਕੋਲ ਆ ਔਰਤ ਅੱਜ ਪੁਲਾੜ ਦੇ ਵਿੱਚ ਉੱਡਦੀ ਆ ਫੌਜ ਦੇ ਵਿੱਚ ਚਲੇ ਗਈ ਆ ਉਹ ਐਕਟਰਸ ਆ ਉਹ ਬਹੁਤ ਕੁਛ ਆ ਪਰ ਬਰਾਬਰ ਨਹੀਂ ਆ ਕਿਸੇ ਵੀ ਸਮਾਜ ਦੇ ਵਿੱਚ ਡਾਇਰੈਕਟਰ ਔਰਤਾਂ ਨਹੀਂ ਮਿਲਣਗੀਆਂ ਤੁਸੀਂ ਹਾਲੀਵੁੱਡ ਦੀਆਂ ਟੌਪ 20 ਜਾਂ 100 ਡਾਇਰੈਕਟਰ ਕੱਢ ਲਓ ਕਿੰਨੀਆਂ ਔਰਤਾਂ ਮਿਲਣਗੀਆਂ ਉਂਗਲਾਂ 'ਤੇ ਗਿਣ ਸਕਦੇ ਤੁਸੀਂ ਐਕਟਰਸ ਮਿਲ ਸਕਦੀ ਹੈ ਉਹ ਹੀਰੋਇਨ ਮਿਲ ਸਕਦੀ ਹੈ ਕਿਉਂਕਿ ਮਰਦ ਨੂੰ ਇੱਕ ਖਾਸ ਕਿਸਮ ਦੀ ਲੋੜ ਆ ਦੂਜਾ ਥੋੜ੍ਹਾ ਜਿਹਾ ਇਹਦੇ ਮੁੱਢ 'ਚ ਅਸੀਂ ਜਾਂਦੇ ਹਾਂ ਕਿ ਔਰਤ ਹਮੇਸ਼ਾ ਤੋਂ ਮਰਦ ਦੇ ਬਰਾਬਰ ਨਹੀਂ ਸੀ ਮਤਲਬ ਕਦੋਂ ਬੰਦੇ ਜਾਨਵਰਾਂ ਵਾਲਾ ਜੀਵਨ ਜੀਂਦਾ ਸੀ ਜਦੋਂ ਮਨੁੱਖ ਜੰਗਲ ਦੇ ਵਿੱਚ ਰਹਿੰਦਾ ਸੀ ਕਿ ਇਹ ਪੈਟਰੀਆਰਕੀ ਮਤਲਬ ਜਿੱਥੇ ਜਿਹੜਾ ਮੇਲ ਡੋਮੀਨੈਂਟ ਕਰਦਾ ਮਰਦ ਪ੍ਰਧਾਨ ਆ ਅਤੇ ਮੈਟਰੀਆਰਕੀ ਜਿੱਥੇ ਔਰਤ ਪ੍ਰਧਾਨ ਆ ਕੀ ਇਹ ਸਮਾਜ ਪਹਿਲਾਂ ਤੋਂ ਹੀ ਇੱਦਾਂ ਸੀ ਜਿਹੜੇ ਸਮਾਜ ਵਿਗਿਆਨੀ ਨੇ ਜਾਂ ਇਤਿਹਾਸਕਾਰ ਨੇ ਉਹ ਗੱਲ ਦੱਸਦੇ ਨੇ ਕਿ ਸ਼ੁਰੂ ਦੇ ਵਿੱਚ ਜੰਗਲਾਂ ਦੇ ਵਿੱਚ ਮਨੁੱਖ ਜਾਨਵਰਾਂ ਵਾਂਗ ਰਹਿੰਦਾ ਸੀ ਉਹਦੇ ਤੋਂ ਬਾਅਦ ਇਹਨੇ ਟੋਲਿਆਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਟੋਲਿਆਂ ਦੇ ਵਿੱਚ ਸਾਰੇ ਬਰਾਬਰ ਸੀ ਮਰਦ ਵੀ ਔਰਤਾਂ ਵੀ ਦੋਨਾਂ ਦਾ ਇੱਕੋ ਹੀ ਕੰਮ ਹੁੰਦਾ ਸੀ ਕਿ ਆਪਣਾ ਕੰਦਮੂਲ ਜਾਂ ਭੋਜਨ ਸ਼ਿਕਾਰ ਖੇਡ ਕੇ ਇਕੱਠਾ ਕਰਨਾ ਉਹਨੂੰ ਖਾਣਾ ਨਾ ਪ੍ਰਾਈਵੇਟ ਪ੍ਰੋਪਰਟੀ ਸੀ ਨਾ ਕੋਈ ਜਾਇਦਾਦ ਸੀ ਨਾ ਟੱਬਰ ਸੀ ਨਾ ਹੀ ਫੈਮਿਲੀ ਸੀ ਹੌਲੀ ਹੌਲੀ ਕਹਿੰਦੇ ਜਦੋਂ ਹੀ ਫੈਮਿਲੀ ਦਾ ਓਰਿਜਨ ਉਸ ਵੇਲੇ ਜਿਹੜੀ ਸੁਸਾਇਟੀ ਸੀ ਉਹ ਔਰਤ ਦੇ ਨਾਲ ਚੱਲਦੀ ਸੀ ਉਸ ਸਮਾਜ ਦੇ ਵਿੱਚ ਮਰਦ ਦੂਜੇ ਨੰਬਰ 'ਤੇ ਸੀ ਔਰਤ ਬੱਚਾ ਪੈਦਾ ਕਰਦੀ ਸਿਰਫ ਉਹਦਾ ਰਿਲੇਸ਼ਨ ਬੱਚੇ ਦੇ ਨਾਲ ਸੀ ਕਿ ਉਹ ਮਾਂ ਆ ਉਹ ਤੋਂ ਆਇਡੈਂਟੀਫਾਈ ਕਰਦੇ ਸੀ ਬਾਕੀ ਸਾਰੇ ਰਿਸ਼ਤੇ ਸਾਂਝੇ ਹੁੰਦੇ ਸੀ ਬਾਕੀ ਜਾਨਵਰਾਂ ਵਾਂਗੂ ਜੇ ਉਹ ਫਿਰ ਹੌਲੀ ਹੌਲੀ ਟੱਬਰ ਹੋਣ ਦੇ ਵਿੱਚ ਆਉਂਦੇ ਆ ਫਿਰ ਹੌਲੀ ਹੌਲੀ ਕਿਤੇ ਨਾ ਕਿਤੇ ਜਾ ਕੇ ਔਰਤ ਪਿੱਛੇ ਰਹਿ ਜਾਂਦੀ ਆ ਜਦੋਂ ਉਹ ਗਰਭਵਤੀ ਹੁੰਦੀ ਆ ਉਸ ਵੇਲੇ ਉਹ ਸ਼ਿਕਾਰ ਲਈ ਨਹੀਂ ਜਾ ਸਕਦੀ ਉਹਨੂੰ ਕੁਛ ਹੋਰ ਕੰਮਾਂ ਲਈ ਰਾਖਵੇਂ ਕਰ ਲਿਆ ਜਾਂਦਾ ਉੱਥੋਂ ਫਰਕ ਪੈਂਦਾ ਇੱਕ ਇਹ ਸਮਾਂ ਆ ਜਾਂਦਾ ਕਿ ਮਰਦ ਜਿਹੜਾ ਆ ਉਹ ਅੱਗੇ ਨਿਕਲ ਜਾਂਦਾ ਜਾਂ ਕਹਿ ਲਿਆ ਜਾਂਦਾ ਕਿ ਫਿਜ਼ੀਕਲੀ ਉਹ ਇਸ ਵੇਲੇ ਜ਼ਿਆਦਾ ਪਾਵਰਫੁੱਲ ਆ ਜਾਂ ਤਾਕਤਵਰ ਆ
ਪੰਜਾਬੀ ਔਰਤ ਦੀ ਇੱਥੇ ਕੀ ਸਥਿਤੀ ਹੈ, ਕੀ ਇਹਦੀਆਂ ਸਮੱਸਿਆਵਾਂ ਬਾਕੀ ਔਰਤਾਂ ਵਰਗੀਆਂ ਆ? ਜੇ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਹਾਂ ਕਿ ਉੱਥੇ ਔਰਤ ਮਰਦ ਦੇ ਬਰਾਬਰ ਨਹੀਂ ਸੀ, ਤਾਂ ਕੀ ਇਸ ਸਮਾਜ ਦੇ ਵਿੱਚ ਸੀ? ਜੇ ਸਮੇਂ ਦੀ ਅਸੀਂ ਗੱਲ ਕਰਦੇ ਹਾਂ, ਉਸ ਵੇਲੇ ਕੈਨੇਡਾ ਦੇ ਵਿੱਚ ਕੀ ਸੀ, ਕੀ ਔਰਤਾਂ ਵੋਟ ਪਾ ਸਕਦੀਆਂ ਸੀ? ਅਮਰੀਕਾ ਦੇ ਵਿੱਚ ਕੀ ਸੀ? ਇੰਗਲੈਂਡ ਦੇ ਵਿੱਚ ਕੀ ਸੀ? ਅੱਜ ਕੀ ਆ? ਇਹਦਾ ਫਿਊਚਰ ਕੀ ਹੋਊਗਾ? ਕੀ ਔਰਤ ਕਦੇ ਮਰਦ ਦੇ ਬਰਾਬਰ ਹੋ ਸਕਦੀ ਹੈ, ਜਾਂ ਇਹ ਸਿਰਫ ਗੱਲਾਂ ਹੀ ਨੇ? ਇਸ ਤਰ੍ਹਾਂ ਦੇ ਹਾਲਾਤ ਜਿੱਦਾਂ ਦੇ ਹੈਗੇ ਆ, ਇਹ ਇੰਨ ਬਿੰਨ ਰਹਿਣੇ ਹੀ ਰਹਿਣੇ ਆ। ਧਰਮ ਦਾ ਕੀ ਰੋਲ ਆ ਇਹਦੇ ਵਿੱਚ? ਹਰ ਇੱਕ ਧਰਮ ਕਹਿੰਦਾ, ਇਸਲਾਮ ਵੀ ਕਹਿੰਦਾ ਅਸੀਂ ਔਰਤ ਨੂੰ ਬਰਾਬਰ ਮੰਨਦੇ ਹਾਂ, ਉਹ ਵਿਆਹ ਤੋਂ ਪਹਿਲਾਂ ਪੁੱਛਦੇ ਹਾਂ, ਉਹ ਕਹਿੰਦੇ ਅਸੀਂ ਵੀ ਤੂੰ ਸਹਿਮਤ ਹੈ ਜਾਂ ਨਹੀਂ ਹੈ, ਤੈਨੂੰ ਕਬੂਲ ਆ। ਸਿੱਖ ਧਰਮ ਦੇ ਵਿੱਚ ਵੀ ਜਿਹੜਾ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ। ਪ੍ਰੈਕਟੀਕਲੀ ਉਹ ਸਾਰਾ ਕੁਝ ਕਿੱਥੇ ਖੜਾ ਆ? ਕੀ ਔਰਤ ਇੱਕ ਸਮਾਜਿਕ ਖੇਤਰ ਆ, ਸੱਭਿਆਚਾਰਕ ਖੇਤਰ ਆ, ਆਰਥਿਕ ਖੇਤਰ ਆ? ਕੀ ਆਰਥਿਕ ਖੇਤਰ ਦੇ ਵਿੱਚ ਜੇ ਉਹ ਅੱਗੇ ਵੱਧ ਜਾਵੇ, ਕਮਾਈ ਕਰਨ ਲੱਗ ਪਈ, ਉਹ ਬਰਾਬਰ ਮਰਦ ਦੇ ਕਮਾਉਂਦੀ ਆ, ਕੀ ਉਹਨੂੰ ਕਲਚਰਲ ਤੌਰ 'ਤੇ ਵੀ ਉਨੀ ਪ੍ਰਮਾਣਿਕਤਾ ਮਿਲ ਗਈ ਆ? ਇਹ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਆ। ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਭਲਾਈ ਦੇ ਕੰਮ ਨੇ, ਬਹੁਤ ਸਾਰੇ ਸਾਡੇ ਸੋਸ਼ਲ ਇਸ਼ੂਜ਼ ਹੁੰਦੇ ਨੇ, ਪੋਲੀਟੀਕਲ ਇਸ਼ੂਜ਼ ਹੁੰਦੇ ਨੇ, ਉਹਨਾਂ 'ਤੇ ਕਾਫੀ ਵੱਧ ਚੜ੍ਹ ਕੇ ਮੀਰਾ ਗਿੱਲ ਜੀ ਪਾਰਟੀਸਪੇਟ ਕਰਦੇ ਨੇ। ਅਸੀਂ ਉਹਨਾਂ ਨੂੰ ਖਾਸ ਤੌਰ 'ਤੇ ਅੱਜ ਬੇਨਤੀ ਕੀਤੀ ਆ ਕਿ ਇਸ ਇਸ਼ੂ ਦੇ ਉੱਤੇ ਗੱਲਬਾਤ ਕਰ ਲਈ, ਉਹ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣ। ਮੀਰਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ। ਜੀ, ਬਹੁਤ ਮਿਹਰਬਾਨੀ, ਧੰਨਵਾਦ। ਸਭ ਤੋਂ ਪਹਿਲਾਂ ਮੀਰਾ ਜੀ, ਸਾਨੂੰ ਇਹ ਦੱਸੋ ਕਿ ਜਦੋਂ ਅਸੀਂ ਆਮ ਤੌਰ 'ਤੇ ਗੱਲ ਕਰਦੇ ਹਾਂ ਕਿ ਔਰਤ ਮਰਦ ਦੇ ਬਰਾਬਰ ਆ ਜਾਂ ਨਹੀਂ ਆ, ਤੁਹਾਨੂੰ ਲੱਗਦਾ ਵੀ ਇਹ ਕਦੇ ਔਰਤ ਮਰਦ ਦੇ ਬਰਾਬਰ ਹੋ ਸਕੂਗੀ ਜਾਂ ਹੁਣ ਹੈਗੀ ਆ? ਸੀ, ਆਪਾਂ ਬਰਾਬਰੀ ਜਦੋਂ ਗੱਲ ਕਰਦੇ ਹਾਂ, ਆਪਾਂ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ? ਕੀ ਕੰਟੈਕਸਟ ਕਰ ਰਹੇ ਹਾਂ ਵੀ ਫਾਈਨੈਂਸ਼ਲੀ ਬਰਾਬਰ ਹੈ, ਕੀ ਉਹ ਜਿਹੜੇ ਸਮਾਜ ਦੇ ਵਿੱਚ ਉਹ ਬਰਾਬਰ ਹੈ, ਕੀ ਰਾਜਨੀਤਿਕ ਜਿਹੜੀਆਂ ਅੱਖਾਂ ਜਿਹੜੀਆਂ ਲਾਅ ਹੈ ਉਹਦੇ ਵਿੱਚ ਬਰਾਬਰ ਹੈ, ਉਹ ਹਰ ਇੱਕ ਐਸਪੈਕਟ ਜਿਹੜਾ ਹੈ, ਜਾਂ ਇਮੋਸ਼ਨਲੀ ਤੌਰ 'ਤੇ ਜੇ ਤੁਸੀਂ ਕਹੀਏ ਵੀ ਇਹ ਕਿੱਥੇ ਹੈ, ਇਮੋਸ਼ਨਲ ਤੌਰ 'ਤੇ ਮੈਨੂੰ ਲੱਗਦਾ ਹੁੰਦਾ ਵੀ ਔਰਤ ਮਰਦ ਨਾਲੋਂ ਕਿਤੇ ਅੱਗੇ ਹੈ ਜੀ। ਉਸ ਦਾ ਸਮਝਣ ਦਾ, ਜਿਹੜੇ ਅਹਿਸਾਸਾਂ ਨੂੰ ਸਮਝਣ ਦਾ, ਉਹਦੀ ਜਿਹੜੀ ਤੁਸੀਂ ਕਹਿੰਦੇ ਵੀ ਤੀਸਰੀ ਅੱਖ ਹੈ ਜਾਂ ਇਮੋਸ਼ਨਲ ਇੰਟੈਲੀਜੈਂਸ ਹੈ, ਉਹ ਬਹੁਤ ਜ਼ਿਆਦਾ ਮਰਦਾਂ ਤੋਂ ਅੱਗੇ ਹੈ। ਠੀਕ ਹੈ, ਸੋ ਜੇ ਹੁਣ ਆਪਾਂ ਕਹੀਏ ਲੈਜਿਸਲੇਸ਼ਨ ਦੇ ਵਿੱਚ, ਲੈਜਿਸਲੇਸ਼ਨ ਦੇ ਵਿੱਚ ਉਹ ਸਭ ਨੂੰ ਲਾਅ ਬਰਾਬਰ ਨੇ, ਰਾਈਟ? ਜੇ ਤੁਸੀਂ ਆਪਾਂ ਬਾਕੀ ਦੇਖੀਏ, ਤੁਸੀਂ ਕਹੀਏ ਵੀ ਦੇਰ ਇਜ਼ਨਟ, ਦੇ ਡੋਂਟ ਸੈਪਰੇਟ ਵੀ ਅਸੀਂ ਔਰਤ ਨੂੰ, ਯੂ ਨੋ, ਦੇਰ ਵਾਸ ਟਾਈਮਸ ਐਟ ਵਨ ਪੁਆਇੰਟ ਜਦੋਂ ਠੀਕ ਹੈ ਔਰਤਾਂ ਨੂੰ ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਵੋਟ ਪਾ ਸਕੋ, ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਘਰ ਲੈ ਸਕੋ, ਇੱਥੇ ਵੀ ਹੱਕ ਨਹੀਂ ਸੀਗਾ ਕਿ ਤੁਸੀਂ ਬਿਜ਼ਨਸ ਆਪਣੇ ਨਾਂ 'ਤੇ, ਬਿਜ਼ਨਸ ਲੋਨ ਤੱਕ ਲੈ ਸਕੋ, ਹੈ ਨਾ? ਸੋ ਇੱਥੇ ਵੀ ਉਹ ਸਿਚੁਏਸ਼ਨ ਜਿਹੜੀਆਂ ਸੀਗੀਆਂ ਉਹਦੇ ਲੈਜਿਸਲੇਸ਼ਨ 'ਚ ਵੀ ਨਹੀਂ ਸੀ, ਉਹਦੇ ਲਈ ਵੀ ਲੜਨਾ ਪਿਆ, ਲੜ ਕੇ ਤੁਸੀਂ ਉਸ ਇਸੇ ਸਿਚੁਏਸ਼ਨ 'ਤੇ ਪਹੁੰਚੇ ਆ। ਸੋ ਓਵਰਆਲ ਉਸ ਗੱਲ 'ਤੇ ਬਿਲਕੁਲ ਸਹੀ ਆ, ਪਰ ਸਮਾਜ ਦੇ ਵਿੱਚ ਜੇ ਆਪਾਂ ਕਹੀਏ ਜਿਹੜਾ ਵੱਡਾ ਵਖਰੇਵਾਂ ਆਉਂਦਾ ਉਹ ਆਉਂਦਾ ਫਾਈਨੈਂਸ਼ਲੀ, ਕਿਸ ਨੇ ਵੱਡੇ ਐਸੈਟਸ ਕੰਟਰੋਲ ਕੀਤੇ ਹੋਏ ਆ? ਵੱਡੇ ਐਸੈਟਸ ਜਿਹੜੇ ਅੱਜ ਆ ਭਾਵਾਂ ਕਿਤੇ ਵੀ ਆ ਦੁਨੀਆ ਦੇ ਵਿੱਚ, ਉਹ ਮਰਦ ਨੇ ਕੰਟਰੋਲ ਕੀਤੇ ਅਤੇ ਉਹਨੇ ਉਸੇ ਹਿਸਾਬ ਦੇ ਨਾਲ ਉਸਨੂੰ ਬਹੁਤ ਤਰੀਕੇ ਦੇ ਨਾਲ ਸਿਕਿਓਰ ਕੀਤਾ ਹੋਇਆ। ਉਸ ਪੈਸੇ ਦੇ ਨਾਲ ਉਸਨੇ ਪੋਲੀਟਿਕਸ ਨੂੰ ਵੀ ਸਿਕਿਓਰ ਕੀਤਾ ਹੋਇਆ। ਪੋਲੀਟਿਕਸ ਮੀਨਸ, ਯੂ ਨੋ, ਜਿਹੜੀਆਂ ਤੁਸੀਂ ਕਿਸ ਨੇ ਰਾਜ ਕਰਨਾ, ਕਿਸ ਨੇ ਪੋਲਿਸੀਜ਼ ਬਣਾਉਣੀਆਂ, ਹੈ ਨਾ? ਸੋ ਉਹ ਸਾਰਾ ਜਿਹੜਾ ਹੈ ਉਸ ਹਿਸਾਬ ਦੇ ਨਾਲ, ਜੇ ਤੁਸੀਂ ਕਹੀਏ ਕਿ ਔਰਤ ਬਰਾਬਰ ਹੈ, ਔਰਤ ਨੂੰ ਉਹ ਬਰਾਬਰੀ ਨਹੀਂ ਦਿੱਤੀ ਗਈ ਹੈਗੀ, ਅਤੇ ਨਾ ਹੀ ਉਹਦੇ ਕੋਲ ਐਕਸਪੋਜ਼ਰ ਆ। ਜੇ ਆਪਾਂ ਇਹ ਸਾਰੀਆਂ ਗੱਲਾਂ ਵੱਡੀਆਂ ਛੱਡ ਕੇ ਆਪਾਂ ਬਿਲਕੁਲ ਛੋਟੇ ਲੈਵਲ 'ਤੇ ਘਰ 'ਤੇ ਲਿਆਉਂਦੇ ਹਾਂ ਇੱਕ ਗੱਲ, ਹੈ ਨਾ, ਦੇਸ਼ ਨੂੰ ਛੱਡੀਏ ਅਤੇ, ਯੂ ਨੋ, ਆਪਣੇ ਸਮਾਜ ਨੂੰ ਛੱਡੀਏ, ਘਰ ਦੇ ਵਿੱਚ ਹੈ, ਜੇ ਸਪੋਜ਼ ਕਰ ਲਓ ਤੁਸੀਂ ਇੱਕ ਮੁੰਡਾ ਅਤੇ ਇੱਕ ਕੁੜੀ ਹੈ ਅਤੇ ਤੁਸੀਂ ਇੱਕ ਬਿਜ਼ਨਸ ਖੋਲ੍ਹਣਾ, ਟਰੱਕਿੰਗ ਖੋਲ੍ਹਣੀ ਹੈ, ਤੁਸੀਂ ਪਲੰਬਿੰਗ ਕਰਨਾ, ਤਾਂ ਤੁਸੀਂ ਉਹ ਬਿਜ਼ਨਸ ਜਿਹੜਾ ਉਹ ਪਿਓ ਆ ਜਿਹੜਾ ਉਹ ਕਿਸਨੂੰ ਦੇਊਗਾ? ਪਹਿਲੀ ਗੱਲ ਤਾਂ ਉਹ ਬਿਜ਼ਨਸ ਜਿਹੜਾ ਮਰਦ ਕਰ ਰਿਹਾ ਨਾ, ਉਹ ਸਕਿੱਲ ਸੈੱਟ ਜਿਹੜਾ ਭਾਵਾਂ ਉਹ ਡਿਵੈਲਪਮੈਂਟ ਕਰ ਰਿਹਾ ਇੱਥੇ, ਹੈ ਨਾ, ਵੀ ਉਹ ਵੱਡੇ 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 ਘਰ ਬਣਾ ਰਿਹਾ ਹੈ, ਬਿਲਡਰ ਆ, ਯੂ ਨੋ, ਵਟਐਵਰ, ਤੁਸੀਂ ਕਹੋ ਵੀ ਛੋਟੇ ਤੋਂ ਵੱਡਾ ਜਿਹੜਾ ਹੈਗਾ, ਉਹਨੇ ਉਹ ਬਿਜ਼ਨਸ ਕਿਹਨੂੰ ਦੇ ਕੇ ਜਾਣਾ ਜਾਂ ਕਿਹਨੂੰ ਸਿਖਾਉਣਾ ਹੋਊਗਾ? ਹਮੇਸ਼ਾ ਜਿਹੜਾ ਹੋਊਗਾ ਉਹ ਮੇਲ ਜਿਹੜਾ ਬੱਚਾ, 99% ਆਫ ਦ ਟਾਈਮ, ਬਿਕੋਜ਼ ਜੇ ਤੁਸੀਂ ਹੁਣ ਵੀ ਦੇਖਦੇ ਹੋ ਕਿੰਨੇ ਕੁ ਫੀਮੇਲ ਪਲੰਬਰਸ ਨੇ, ਕਿੰਨੇ ਕੁ ਟਰੱਕਰਸ ਨੇ, ਕਿੰਨੇ ਕੁ ਡਿਵੈਲਪਰਸ ਨੇ ਬੇਟੀਆਂ, ਹੈ ਨਾ, ਆਪਣੀਆਂ। ਸੋ ਉਹ ਜਿਹੜਾ ਸਕਿੱਲ ਸੈੱਟ ਆ ਉਹ ਘਰੇ, ਸੋ ਹੁਣ ਉਸ ਤੋਂ ਵੀ ਜੇ ਤੁਸੀਂ ਥੱਲੇ ਚਲੇ ਜਾਂਦੇ ਹੋ, ਜੇ ਆਪਾਂ, ਮੈਂ ਜੇ ਕਹਾਂ ਵੀ ਮੇਰੇ ਜਦੋਂ ਬਚਪਨ ਦੀ ਗੱਲ ਆ, ਜੇ ਬਾਜ਼ਾਰ ਤੋਂ ਜਾ ਕੇ ਕਹਿਣਾ ਵੀ ਓਕੇ ਕੋਈ ਗੈਸਟ ਆਉਣ ਲੱਗੇ ਆ, ਮੀਰਾ ਆਪਾਂ ਮਠਿਆਈ ਲਿਆਓ, ਹੈ ਨਾ ਜੀ, ਕਿਹਨੇ ਜਾਣਾ ਸੀ? ਵੀਰ ਜਾਂਦਾ, ਵੀਰ ਮੈਥੋਂ 6 ਸਾਲ ਛੋਟੇ ਸੀ, ਐਂਡ ਹਜੇ ਵੀ ਵੀਰ ਨੇ ਜਾਣਾ ਉੱਥੇ, ਕਿਉਂ? ਅੱਛਾ, ਉਹਦੇ ਨਾਲ ਫਰਕ ਕੀ ਪੈਂਦਾ? ਉਹ ਪ੍ਰੋਟੈਕਸ਼ਨ ਵਾਲੀ ਜਿਹੜਾ ਇੱਕ ਮਾਹੌਲ ਹੈ ਉਹ ਬੇਟੀਆਂ ਨੂੰ ਐਕਸਪੀਰੀਅੰਸ ਜ਼ਿੰਦਗੀ ਦੇ ਵਿੱਚ ਕਰਨ ਨਹੀਂ ਦਿੰਦਾ, ਰਾਈਟ? ਤੁਸੀਂ ਕਹੋਗੇ ਬਰਾਬਰ ਤਾਂ ਨਹੀਂ, ਸਾਡੀ ਤਾਂ ਬੱਚੀ ਨੂੰ ਫਿਕਰ ਨਹੀਂ ਕਰਨ ਦੀ ਲੋੜ, ਆਰਾਮ ਨਾਲ ਬੈਠੀ ਆ, ਮੁੰਡਾ ਸਾਡਾ ਜਾਂਦਾ ਸਾਰੇ ਕੰਮ ਕਰਕੇ ਆਉਂਦਾ, ਇੱਦਾਂ ਕਹੀਦਾ ਨਾ ਆਪਾਂ? ਉਹ ਪ੍ਰੋਟੈਕਸ਼ਨ ਕੀਤੀ, ਉਸ ਪ੍ਰੋਟੈਕਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ, ਬੇਟੀਆਂ ਤੋਂ ਆਪਾਂ ਲਾਈਫ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ, ਉਹਦੀਆਂ ਓਪਰਚੁਨਿਟੀਜ਼ ਖੋਲੀਆਂ ਉਹਦੇ ਤੋਂ, ਕਿਸ ਤਰ੍ਹਾਂ ਉਹਨੇ ਬਾਜ਼ਾਰ ਜਾ ਕੇ $20 ਦੇਣੇ ਆ, 20 ਤੋਂ 10 ਰੁਪਏ ਵਾਪਸ ਲੈ ਕੇ ਆਉਣੇ ਆ, ਰਾਹ 'ਚ ਲੈਫਟ ਰਾਈਟ ਕਰਨਾ, ਯੂ ਨੋ, ਜਿੰਨਾ ਤੁਸੀਂ ਜਿਹੜੀਆਂ ਜ਼ਿੰਦਗੀ ਦੇ ਸਾਰੇ ਤਜ਼ਰਬੇ ਆਉਂਦੇ ਆ
ਛੋਟੇ ਤੋਂ ਲੈ ਕੇ ਛੋਟੇ ਤੋਂ ਵੱਡੇ ਤੱਕ ਆਪਾਂ ਪੰਜਾਬ ਦੀ ਜਿਹੜੀ ਔਰਤ ਆਪਾਂ ਜੇ ਆਪਾਂ ਗੱਲ ਕਰ ਸਕਦੇ ਹਾਂ ਇਨ ਕੋਂਟੈਕਸਟ, ਉਸ ਨੂੰ ਪ੍ਰੋਟੈਕਸ਼ਨ ਦੇ ਨਾਂ 'ਤੇ ਐਂਡ ਵਿਚ ਵਾਜ਼ ਨੀਡਿਡ ਹੀ ਨਹੀਂ, ਮੈਂ ਕਹਿੰਦੀ ਕਿ ਉੱਥੇ ਆਪਾਂ ਨੂੰ ਜ਼ਰੂਰਤ ਨਹੀਂ ਸੀ, ਪਰ ਉਸ ਕਰਕੇ ਜਿਹੜੀ ਔਰਤ ਹੈ ਉਸਨੂੰ ਐਕਸਪੀਰੀਅੰਸ ਨਹੀਂ ਗਾ, ਉਸ ਐਕਸਪੀਰੀਅੰਸ ਕਰਕੇ ਲੈਕ ਆਫ ਐਕਸਪੀਰੀਅੰਸ ਕਰਕੇ ਲੈਕ ਆਫ ਕੋਨਫੀਡੈਂਸ ਆ, ਲੈਕ ਆਫ ਕੋਨਫੀਡੈਂਸ ਕਰਕੇ ਤੁਸੀਂ ਉਹਨਾਂ ਨੂੰ ਸੇਮ ਓਪਰਚੁਨਿਟੀਜ਼ ਵੀ ਦੇ ਦਿਓਗੇ, ਕਿਉਂਕਿ ਜਾਂ ਬੱਚੇ ਤੁਹਾਡੀ ਆ ਜੋਬ ਹੈ, ਤੁਸੀਂ ਵੀ ਤੁਹਾਡੀ ਵੀ ਐਜੂਕੇਸ਼ਨ ਆ, ਤੁਹਾਡੀ ਵੀ ਐਜੂਕੇਸ਼ਨ ਆ, ਜਾ ਕੇ ਤੁਸੀਂ ਅਪਲਾਈ ਕਰਕੇ ਆਓ। ਬਹੁਤੀਆਂ ਔਰਤਾਂ ਸੋਚਣਗੀਆਂ ਅਸੀਂ ਅੰਡਰ ਕੁਆਲੀਫਾਈਡ ਹਾਂ, ਬਹੁਤੇ ਮਰਦ ਸੋਚਣਗੇ ਕੋਈ ਨਹੀਂ ਆਪਾਂ ਜਗਾੜ ਲਾ ਲੈਣਾ, ਆਪਾਂ ਇੱਦਾਂ ਕਹਿ ਦੇਣਾ ਆਪਾਂ ਮਗਰੋਂ ਕਰੀ ਜਾਵਾਂਗੇ। ਉਹ ਕੀ ਹੈ? ਉਹ ਕੋਨਫੀਡੈਂਸ ਆ, ਰਾਈਟ? ਭਾਵਾਂ ਬੇਟੀ ਜਿਹੜੀ ਹੈ ਓਵਰ ਜ਼ਿਆਦਾ ਕੁਆਲੀਫਾਈਡ ਹੋਵੇ ਅਤੇ ਬੇਟੇ ਕੋਲ ਘੱਟ ਹੋਵੇ, ਦ ਫੈਕਟ ਇਜ਼ ਜਿਹੜੇ ਮੁੰਡਿਆਂ ਕੋਲ ਕੋਨਫੀਡੈਂਸ ਜ਼ਿਆਦਾ ਹੁੰਦਾ ਐਂਡ ਦੇਅਰ ਫੋਰ ਦੇ ਵਿਲ ਸਿਕਿਓਰ ਦ ਜੋਬਸ ਵਿਦ ਹਾਇਰ ਪੇ। ਅੱਛਾ, ਇਹ ਇੱਥੇ ਦੀ ਜਿਹੜੀ ਸੁਸਾਇਟੀ ਹੈ, ਮਤਲਬ ਗੋਰਿਆਂ ਦੇ ਵਿੱਚ ਹੀ ਦੇਖ ਲਈਏ, ਜੇ ਇਵਨ ਜਿਹੜੇ ਹੁਣ ਇੱਥੇ ਦੇ ਬੱਚੇ ਐਗਜ਼ਾਮਪਲ ਹੈਗੇ, ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ। ਜੇ ਅਸੀਂ ਰਿਅਲਿਸਟਿਕਲੀ ਵੀ ਸੋਚੀਏ, ਕੋਈ ਵੀ ਕੰਮ ਕਰਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਬਰਥਡੇ ਸੈਲੀਬ੍ਰੇਟ ਕਰਨਾ, ਲੋਹੜੀ ਕਰਨੀ ਹੈ, ਫਰਕ ਨਹੀਂ ਹੈ? ਇੱਥੇ ਵੀ ਕੋਈ ਫਰਕ ਨਹੀਂ ਹੈ ਜਿਹੜੇ ਪਹਿਲਾਂ ਵੀ ਸੀਗੇ? ਤੁਹਾਨੂੰ ਲੱਗਦਾ ਵੀ ਇਹ ਬਰਾਬਰਤਾ ਨਹੀਂ ਆ ਗਈ? ਅੱਛਾ, ਹੁਣ ਜਿਹੜੇ ਆਪਾਂ ਜੇ ਗੱਲ ਕਰ ਦਈਏ ਇੱਥੋਂ ਦੇ ਬੋਰਨ ਐਂਡ ਰੇਜ਼ਡ ਬੱਚੇ ਹੈ, ਘਰਾਂ ਦੇ ਵਿੱਚ ਨਹੀਂ ਹੈ ਆਪਾਂ ਉਹਨਾਂ ਨੂੰ ਬਰਾਬਰ ਟ੍ਰੀਟ ਕਰਦੇ, ਮੈਂ ਇਨ ਜਨਰਲ ਗੱਲ ਕਰਦੀ ਹਾਂ, ਹੈ ਨਾ, ਮੇਰੇ ਘਰ ਦੀ ਗੱਲ ਵੱਖਰੀ ਹੈ, ਮੇਰੇ ਘਰ ਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਬੇਟੀ ਨੂੰ ਜ਼ਿਆਦਾ ਸਪੋਰਟ ਕਰਦੀ ਹਾਂ, ਅਤੇ ਇਹੀ ਗੱਲ ਬਹੁਤ ਹੋਰ ਘਰਾਂ ਦੇ ਵਿੱਚ ਵੀ ਹੈ, ਪਰ ਇਨ ਜਨਰਲ ਜੇ ਤੁਸੀਂ ਦੇਖੋਗੇ ਤਾਂ ਘਰਾਂ ਦੇ ਵਿੱਚ ਜਿਹੜਾ ਵੀ ਮਾਹੌਲ ਹੋਊਗਾ ਉਹ ਬੇਟੀਆਂ ਨੂੰ ਘਰ ਘੱਟ ਹੋਊਗਾ ਅਤੇ ਬੇਟਿਆਂ ਨੂੰ ਜ਼ਿਆਦਾ ਖੁੱਲ੍ਹਾਂ ਹੋਣਗੀਆਂ, ਆਜ਼ਾਦੀ ਹੋਣੀ ਆ। ਆਜ਼ਾਦੀ ਜਿਸ ਬੰਦੇ ਨੂੰ ਹੁੰਦੀ ਹੈ ਉਸ ਨੂੰ ਹੁੰਦਾ ਵੀ ਮੈਂ, ਆਜ਼ਾਦੀ ਬਹੁਤ ਵੱਡੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਿਹੜੀ ਆਜ਼ਾਦੀ ਤੱਕ ਲੜਦੇ ਰਹੇ ਆ, ਕਿਉਂਕਿ ਉਹ ਸਭ ਤੋਂ ਮਨੁੱਖਤਾ ਦਾ ਸਭ ਤੋਂ ਵੱਡਾ ਜਿਹੜੀ ਅਹਿਸਾਸ ਹੈ ਆਪਣੀ ਐਗਜ਼ਿਸਟੈਂਸ ਦਾ, ਉਹ ਆਜ਼ਾਦੀ ਆ। ਉਹਦੇ ਨਾਲ ਤੁਸੀਂ ਡਿਸੀਜਨ ਮੇਕਸ ਕਰਦੇ ਹੋ, ਤੁਸੀਂ ਕੀ ਕਰਨਾ ਕੀ ਨਹੀਂ ਚੋਇਸਿਸ ਮੇਕ ਕਰਦੇ, ਹੈ ਨਾ। ਜਿਹਨੂੰ ਆਜ਼ਾਦ ਰਹਿਣਾ ਨਾ ਆਵੇ, ਜਿਹਨੂੰ ਪਿੰਜਰੇ ਦੇ ਵਿੱਚ ਰਹਿਣਾ ਆਵੇ, ਤੁਸੀਂ ਉਹਨੂੰ ਜਿੱਥੇ ਮਰਜ਼ੀ ਜਾ ਕੇ ਖੜ੍ਹਾ ਕਰ ਦਿਓ। ਕਹਿੰਦੇ ਨੇ ਵੀ ਹਾਥੀ ਦੇ, ਤੁਸੀਂ ਕਹਿੰਦੇ ਨੇ ਉਹ ਪੈਰਾਂ ਦੇ ਵਿੱਚ ਸੰਗਲ ਪਾ ਦਿੰਦੇ ਆ, ਅਤੇ ਜੇ ਉਹ ਕਿਤੇ ਨਾ ਵੀ ਬੰਨਿਆ ਹੋਵੇ ਉਹਦੀ ਸੰਗਲ ਹੀ ਪਾਇਆ, ਉਹ ਹਿਲਦਾ ਨਹੀਂ, ਅਗਲਾ ਕਹਿੰਦਾ ਪਤਾ ਨਹੀਂ ਜੀ ਮੈਂ ਇੱਥੇ ਹੀ ਰਹਿਣਾ। ਸੋ ਆਜ਼ਾਦੀ ਅਤੇ ਗੁਲਾਮੀ ਦਾ ਇਹ ਫਰਕ ਹੈ। ਅਤੇ ਅੱਜ ਇੱਥੋਂ ਦੇ ਵੀ ਜੇ ਮੈਂ ਬੱਚਿਆਂ ਦੀ ਕਹਾਂ ਤਾਂ ਗੱਲ, ਘਰ ਦੇ ਵਿੱਚ ਹਜੇ ਵੀ ਉਹਨਾਂ ਨੇ ਆਪਣੇ ਮਾਂ ਨੂੰ ਦੇਖਣਾ, ਆਪਣੇ ਪਿਓ ਨੂੰ ਦੇਖਣਾ। ਜੇ ਔਰਤ ਦੇ ਥੱਪੜ ਪੈਂਦੇ ਹੈ, ਇਹ ਨਾ ਕਿਤੇ ਗੱਲ ਕਰਦੀ ਹੈ, ਜੇ ਔਰਤ ਨੂੰ ਕਹਿੰਦੇ ਚੁੱਪ ਕਰ ਜਾ ਕੇ ਉੱਥੇ ਕਿਚਨ 'ਚ ਰੋਟੀ ਬਣਾ, ਅਸੀਂ ਚਾਹ ਬਣਾ, ਇੱਥੇ ਅਸੀਂ ਪੋਲੀਟਿਕਸ ਦੀ ਗੱਲ ਕਰਨੀ ਹੈ, ਜਾਂ ਅਨਬਾਰ ਨਾ ਹੀ ਐਵੇਂ ਮੇਰੇ ਦੋਸਤ ਆ ਉਹਦਾ ਪੀਂਦੇ ਖਾਂਦੇ ਜੇ ਆ, ਤੂੰ ਅੰਦਰ ਬੈਠ ਜਾ, ਹੈ ਨਾ। ਜੇ ਤੁਸੀਂ ਘਰ ਦੇ ਵਿੱਚ ਔਰਤ ਦਾ ਇਹ ਸਲੀਕਾ ਹੈ ਤਾਂ ਬੱਚੀ ਉਸਨੂੰ ਦੇਖਦੀ ਹੈ, ਉਹਦੇ 'ਤੇ ਇੰਪੈਕਟ ਹੋਣਾ, ਡਜ਼ਨਟ ਮੈਟਰ ਵਟ ਯੂ ਵਿਲ ਸੇ ਵੀ ਨਹੀਂ ਹੈ। ਬਟ ਐਟ ਦ ਸੇਮ ਟਾਈਮ ਜਦੋਂ ਸਕੂਲ ਕਾਲਜਿਸ ਜਾਂਦੇ ਆ ਤਾਂ ਉੱਥੇ ਪਾਰਸ਼ੀਐਲਿਟੀ ਨਹੀਂ ਹੈ। ਇਟਸ ਇੰਟਰਸਟਿੰਗ ਕਿ ਜਿਹੜੇ ਅੱਜ ਦੇ ਬੱਚੇ ਆ, ਜਿਹੜੇ ਤੁਸੀਂ ਕਹੋ ਵੀ 20-25 ਸਾਲ ਦੇ ਜਿਵੇਂ ਬੱਚੇ ਕਹਾਂ, ਕੁੜੀਆਂ ਅਤੇ ਮੁੰਡੇ ਇਕੱਠੇ ਕਲੱਬਸ 'ਚ ਜਾ ਰਹੇ ਆ, ਇਕੱਠੇ ਉਹ ਡਰਿੰਕਸ ਕਰ ਰਹੇ, ਉਹਨਾਂ ਨੂੰ ਕੋਈ ਰੌਲਾ ਨਹੀਂ ਔਰਤ ਨੂੰ ਇਹ ਕਹਿਣਾ ਵੀ ਮੈਂ ਡਰਿੰਕ ਚੱਕ ਕੇ ਪੀ ਰਹੀ ਹਾਂ, ਮੁੰਡਿਆਂ ਨੂੰ ਬਿਲਕੁਲ ਪ੍ਰੋਬਲਮ ਨਹੀਂ। ਸੋ ਆਈ ਐਮ ਵੈਰੀ ਇੰਪ੍ਰੈਸਡ ਵੀ ਆਪਣੇ ਜਿਹੜੇ ਅੱਜ ਕੱਲ੍ਹ ਦੇ ਬੱਚੇ ਹੈ ਮੁੰਡਿਆਂ ਦੇ ਵਿੱਚ, ਅੱਛਾ ਉਹਨਾਂ ਨੂੰ ਇਹ ਨਹੀਂ ਹੈ ਜੇ ਸਾਡੀ ਇਸ ਬੇਟੀ ਦੀ ਕੋਈ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ ਪਹਿਲਾਂ, ਹੁਣ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ, ਦੈਟਸ ਨੋਟ ਐਨ ਇਸ਼ੂ। ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਆਪਣੀ ਏਜ ਗਰੁੱਪ 'ਚ ਜਦੋਂ ਤੁਸੀਂ ਆਏ ਸੀ ਅਤੇ ਇੱਕ ਕੋਈ ਔਰਤ ਕਿਸੇ ਨਾਲ ਖੜੀ ਹੋਵੇ, ਗੱਲ ਵੀ ਕਰਦੀ ਹੋਵੇ, ਉਹਦੀ ਐਡੀ ਵੱਡੀ ਸਟੋਰੀ ਕਰ ਦਿੰਦੇ ਸੀ, ਹੈ ਨਾ। ਸੋ ਹੁਣ ਜਿਹੜੀਆਂ ਬੱਚੇ ਡੇਟ ਵੀ ਕਰਦੇ ਆ, ਬੋਏਫ੍ਰੈਂਡ ਗਰਲਫ੍ਰੈਂਡ ਵੀ ਰਹਿੰਦੇ ਆ, ਯੂ ਨੋ, ਨੈਵਰ ਮਾਈਂਡ 2 ਸਾਲ ਰਹਿ ਕੇ ਇੱਕ ਦੂਜੇ ਦੇ ਨਾਲ, ਨਹੀਂ ਦਿਸ ਨੋਟ ਰਾਈਟ ਐਂਡ ਦੇ ਗੋ ਔਨ ਟੂ ਦ, ਸੋ ਵਿਚ ਇਜ਼ ਸੇਮ ਐਜ਼ ਵਟ ਗਾਇਜ਼ ਵਰ ਡੂਇੰਗ ਆਲ ਅਲੋਂਗ। ਹੁਣ ਉਹ ਸਟਿਗਮਾ ਨਹੀਂ ਹੈ ਅਤੇ ਉਹ ਸਟਿਗਮਾ ਮੁੰਡਿਆਂ ਦੇ ਦਿਮਾਗ 'ਚ ਨਹੀਂ ਹੈ। ਸੋ ਮੈਂ ਜਿਹੜੀ ਸੋਚਦੀ ਹਾਂ ਵੀ ਜਿਹੜੀ ਆਹ ਸੋਸ਼ਲ ਪ੍ਰੈਸ਼ਰ ਸੀ ਜਿਹੜੀ ਔਰਤ 'ਤੇ, ਹੈ ਨਾ, ਉਸ ਅਰਲੀ ਏਜ ਦੇ ਵਿੱਚ, ਜਿਸ ਏਜ ਦੇ ਵਿੱਚ ਉਹ ਆਪਣੇ ਆਪ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਮੈਂ ਕੀ ਹਾਂ, ਮੇਰੀ ਬਾਉਂਡਰੀਜ਼ ਕਿੱਥੇ ਨੇ, ਉਹ ਇੱਥੇ ਜਿਹੜਾ ਹੋਣ ਵਾਲਾ ਸਮਾਜ ਹੈ ਜਿਹੜਾ, ਜਾਂ ਇੱਥੋਂ ਦੇ ਜਿਹੜੇ ਬੱਚੇ ਆ, ਉਹ ਉਸ ਤਰ੍ਹਾਂ ਉਹਨੂੰ ਨਹੀਂ ਲੈ ਰਹੇ, ਉਸਨੂੰ ਫਰੀਡਮ ਦੇ ਰਹੇ ਆ। ਇੱਥੇ ਮੇਰਾ ਤੁਹਾਨੂੰ ਰੋਕਦਾ, ਹੁਣ ਅਸੀਂ ਇੱਕ ਮਾਡਲ ਸਾਡੇ ਕੋਲ ਇਹ ਆ ਗਿਆ ਕਿ ਜਿਹੜੇ ਇੱਥੇ ਦੇ ਬੋਰਨ ਬੱਚੇ ਆ 20-20 ਸਾਲ ਦੇ ਬਰਾਬਰ ਨੇ, ਹਰ ਕੰਮ ਦੇ ਵਿੱਚ ਬਰਾਬਰ ਨੇ। ਇਹ ਮਾਡਲ ਸਾਡੇ ਕੋਲ ਪਹਿਲਾਂ ਇੱਥੇ ਗੋਰਿਆਂ ਦੇ ਨਿਆਣਿਆਂ ਦਾ ਸੀਗਾ, ਜਿਹੜਾ ਇੱਥੇ ਦਾ ਕਲਚਰ ਸੀ ਉਹਨਾਂ ਦੇ ਵਿੱਚ ਪਹਿਲਾਂ ਹੀ ਇੱਦਾਂ ਹੈ, ਜਿਹੜਾ ਅਸੀਂ ਇੱਥੇ ਆ ਕੇ ਸਿੱਖਿਆ। ਔਰਤ ਤਾਂ ਉਹਨਾਂ ਦੀ ਵੀ ਬਰਾਬਰ ਨਹੀਂ ਪਹੁੰਚ ਸਕੀ ਬਹੁਤ ਸਾਰੇ ਫੀਲਡਸ ਦੇ ਵਿੱਚ, ਕੀ ਇਹ ਉੱਥੇ ਪਹੁੰਚਣਗੇ? ਸੋ ਪਹਿਲੀ ਗੱਲ ਤਾਂ ਆਪਾਂ ਜਿਹੜਾ ਇਹ ਆਪਾਂ ਨੂੰ ਬਹੁਤਿਆਂ ਨੂੰ ਹੁੰਦਾ ਵੀ ਸ਼ਾਇਦ ਔਰਤ ਅਤੇ ਮਰਦ ਗੋਰਿਆਂ ਦੇ ਸਮਾਜ ਦੇ ਵਿੱਚ ਹਮੇਸ਼ਾ ਬਰਾਬਰ ਸੀ। ਸੋ ਇਹ ਕੋਈ ਬਾਹਲੀ ਦੂਰ ਦੀ ਗੱਲ ਨਹੀਂ ਕਿ ਔਰਤ ਨੂੰ ਈਵਨ ਵੋਟ ਕਰਨ ਦੀ ਜਿਹੜੀ ਆਪਾਂ ਹੱਕ ਗੱਲ ਕਰਦੇ ਹਾਂ ਉਹ 40-40 'ਚ ਮਿਲਿਆ, 40-47 ਯੂ ਨੋ ਤੱਕ ਆਉਂਦਿਆਂ ਨੂੰ, ਜਿਹੜੇ ਭਾਵੇਂ ਇੱਥੋਂ ਦੀ ਔਰਤ ਸੀ, ਭਾਵੇਂ ਐਬਰੀਜਨਲ ਸੀ, ਭਾਵੇਂ ਆਪਾਂ ਇੰਡੀਅਨ ਸੀ, ਉਹਨਾਂ ਨੂੰ ਵੋਟ ਕਰਨ ਦਾ ਹੱਕ ਜਿਹੜਾ ਸੀ ਉਸ ਵੇਲੇ। ਜੇ ਮੈਂ ਤੁਹਾਨੂੰ ਗੱਲ ਕਰਾਂ ਕਿ ਮੈਨੂੰ ਲੱਗਦਾ ਵੀ ਬਹੁਤ ਆਪਣੇ ਲੋਕਾਂ ਨੂੰ ਪਤਾ ਨਹੀਂ ਕਿ 1970 ਦੇ ਵਿੱਚ ਲੈ ਕੇ ਤਾਂ
ਘਰਾਂ ਦੇ ਵਿੱਚ ਜਿੰਨਾ ਬੱਚਿਆਂ ਦਾ ਬਲਾਤਕਾਰ ਹੁੰਦਾ ਸੀ ਇੱਥੇ, ਹੈ ਨਾ, ਜਿਹੜੀਆਂ ਹੈਗੀਆਂ ਨਾ ਵੀ ਇੱਥੇ, ਕਿਉਂਕਿ ਭਾਵਾਂ ਕੋਈ ਗੋਰਿਆਂ ਦੇ ਘਰ ਦੇ ਵਿੱਚ ਕੋਈ ਅੰਕਲ ਐਂਟ ਹੈ, ਕੋਈ ਬੋਏਫ੍ਰੈਂਡ ਹੈ, ਅੰਡਰ ਏਜ ਜਿਹੜੀਆਂ ਕੁੜੀਆਂ ਸੀ, ਜੇ ਉਹਨਾਂ ਦੇ ਨਾਲ ਬਲਾਤਕਾਰ ਉਹਨਾਂ ਦਾ ਹੋ ਜਾਣਾ ਜਾਂ ਉਹਨਾਂ ਦਾ, ਤਾਂ ਫਿਰ ਉਹ ਕੀ ਕਰਦੇ ਸੀ ਕਿ ਉਹਨਾਂ ਲੇਡੀਜ਼ ਨੂੰ ਲੈ ਕੇ ਇੱਕ ਦੂਰ ਜਿਹੜਾ ਇੰਟੀਰੀਅਰ ਦੇ ਵਿੱਚ ਜਿਹੜੇ ਸੀ ਉੱਥੇ ਹੋਸਪਿਟਲਸ ਬਣਾਏ ਹੋਏ ਸੀਗੇ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਬੱਚੇ ਨੂੰ ਅਬੋਰਟ ਨਹੀਂ ਕਰ ਸਕਦੇ, ਬੱਚੇ ਦੀ ਤੁਸੀਂ ਡਿਲੀਵਰੀ ਕਰਨੀ ਹੈ, ਪਰ ਬੱਚੇ ਦੀ ਡਿਲੀਵਰੀ ਹੁੰਦੇ ਸਾਰ ਅਸੀਂ ਉਹਨਾਂ ਦੀ ਅਡੋਪਸ਼ਨ ਕਰਾ ਦੇਣੀ ਹੈ। ਇਹ ਓਨਰ, ਇਹ ਇੱਥੋਂ ਦੀ ਗੱਲ ਹੈ, ਇਹ ਕੋਈ ਇੱਕ ਦੋ ਬੰਦਿਆਂ ਦੀ ਗੱਲ ਨਹੀਂ। ਜੇ ਤੁਸੀਂ ਸਰਚ ਕਰੋਗੇ ਤੁਹਾਨੂੰ CBC 'ਤੇ, ਤੁਹਾਨੂੰ ਬਹੁਤ ਵੱਡੇ ਨੰਬਰ 'ਤੇ ਬਹੁਤ ਵੱਡੀ ਜਿਹੜੀ ਹੈਗਾ ਵੀ ਜਿਹੜੀ ਸੀਗੀ ਓਨਰ ਕਿਲਿੰਗ, ਜਿਹਨੂੰ ਆਪਾਂ ਆਪਣੀ ਓਨਰ ਕਿਲਿੰਗ ਕਰਦੇ ਹਾਂ, ਇੱਥੇ ਓਨਰ ਕਿਲਿੰਗ ਨਹੀਂ ਸੀ ਹੁੰਦੀ ਸੀ। ਇਹ ਉਹਨਾਂ ਨੇ ਤੁਸੀਂ ਬੱਚਿਆਂ ਦੀ ਅੰਡਰ ਏਜ ਜਿਹੜੀਆਂ ਜਾਂ ਵਿਆਹ ਤੋਂ ਪਹਿਲਾਂ ਦੀਆਂ ਜਿਹੜੀਆਂ ਬੇਟੀਆਂ ਪ੍ਰੈਗਨੈਂਟ ਹੋ ਜਾਂਦੀਆਂ ਸੀ ਤਾਂ ਉਹਨਾਂ ਨੂੰ ਲੈ ਕੇ ਜਾਣਾ, ਅਤੇ ਉਹਨਾਂ ਦੇ ਜਿਹੜੇ ਦੁੱਖ ਦਰਦ ਹੈ ਉਹ ਨਾਲ ਤੱਕ ਹੁਣ ਤੱਕ ਚੱਲਦੇ ਰਹੇ। ਪਰ ਅਗੇਨ ਇਹ ਸੁਸਾਇਟੀ ਨੇ ਉਸ ਤੋਂ ਬਾਅਦ ਆਪਣੇ ਆਪ ਨੂੰ ਬਦਲ ਲਿਆ। ਸੋ ਐਡੀ ਵੱਡੀ ਗੱਲ ਨਹੀਂ, ਪਰ 70ਵੇਂ ਤੋਂ ਲੈ ਕੇ ਹੁਣ ਤੁਸੀਂ 2020 ਤੱਕ ਤੁਸੀਂ ਗੱਲ ਕਰਦੇ ਹੋ, ਸੋ ਬਹੁਤ ਸਾਲਾਂ 'ਚ ਫਰਕ ਪਿਆ। ਸੋ ਪਰ ਇੰਨੀ ਗਰੋਥ ਤੋਂ ਬਾਅਦ ਵੀ ਜੇ ਤੁਸੀਂ ਹੁਣ ਸੋਚਦੇ ਹੋ ਜਿਹੜੇ ਬਿੱਗ ਆਪਾਂ ਜਿੱਦਾਂ ਤੁਸੀਂ ਗੱਲ ਕਰਦੇ ਸੀ ਪੋਲੀਟੀਸ਼ੀਅਨਸ ਨੇ, ਤੁਸੀਂ ਪਰਸੈਂਟੇਜ ਦੇਖਦੇ ਹੋ ਕਿੰਨੇ ਪੋਲੀਟੀਸ਼ੀਅਨਸ ਗੋਰੇ ਹੈ ਮਰਦ ਅਤੇ ਔਰਤਾਂ ਦੀ, ਜੇ ਤੁਸੀਂ ਰੇਸ਼ੋ ਕੱਢਦੇ ਹੋ ਕਿੱਡੇ ਕੁ ਡਿਵੈਲਪਰਸ ਨੇ, ਕਿੰਨੇ ਕੁ ਲੋਕ ਨੇ ਜਿਹੜੇ ਬ੍ਰੌਡਕਾਸਟਿੰਗ ਨੂੰ ਓਨ ਕਰਦੇ ਆ। ਇੱਕ ਬ੍ਰੌਡਕਾਸਟਰ ਹੋਣਾ, ਇਹਨੂੰ ਤੁਸੀਂ ਹੋਸਟ ਹੋਣਾ ਗੱਲ ਵੱਖਰੀ ਆ, ਪਰ ਉਸ ਚੀਜ਼ ਨੂੰ ਜਿਹੜੀਆਂ ਵੱਡੀਆਂ ਔਰਗਨਾਈਜੇਸ਼ਨਸ ਨੇ ਜਿਨ੍ਹਾਂ 'ਤੇ ਫਾਈਨੈਂਸ਼ਲੀ ਜਿੱਥੇ ਪੈਸਾ ਚੱਲਦਾ, ਬਿਗੈਸਟ ਔਰਗਨਾਈਜੇਸ਼ਨਸ ਆਰ ਰਨ ਬਾਈ ਮੈਨ, ਹਜੇ ਵੀ ਉਹ ਵਾਈਟ ਮੈਨ ਬਾਰੇ ਰਨ ਹੋ ਰਹੀਆਂ। ਉਸ ਤੋਂ ਬਾਅਦ ਜਦੋਂ ਤੁਸੀਂ ਵੱਡੀਆਂ ਔਰਗਨਾਈਜੇਸ਼ਨਸ ਤੋਂ ਤੁਸੀਂ ਥੋੜ੍ਹੀਆਂ ਜਿਹੀਆਂ ਛੋਟੀਆਂ ਔਰਗਨਾਈਜੇਸ਼ਨਸ ਦੇਖਦੇ ਹੋ ਤਾਂ ਤੁਸੀਂ ਆਸੇ ਪਾਸੇ ਵੀ ਦੇਖੋਗੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਉਹ ਵਾਈਟ ਔਰਤਾਂ ਨੂੰ ਥਾਂ ਮਿਲ ਰਹੀ ਹੈ। ਉਸ ਤੋਂ ਬਾਅਦ ਜਾ ਕੇ ਤੁਸੀਂ ਮੈਨ ਆਫ ਕਲਰ ਮਿਲੂਗੀ ਤੁਹਾਨੂੰ ਉਸ ਉਹਨਾਂ ਪੋਜੀਸ਼ਨਸ ਦੇ ਵਿੱਚ, ਉਦੋਂ ਘੱਟ ਮੈਨ ਆਫ ਕਲਰ ਤੋਂ ਬਾਅਦ ਤੁਹਾਨੂੰ ਕਿਤੇ ਜਾ ਕੇ ਵਮੈਨ ਆਫ ਕਲਰ ਮਿਲੂਗੀ, ਉਸ ਤੋਂ ਥੱਲੇ ਜਾ ਕੇ ਉਦੋਂ ਘੱਟ ਜਿਹੜੀਆਂ ਨੇ ਐਬੋਰੀਜਨਲ ਮੈਨ, ਅਖੀਰ ਦੇ ਵਿੱਚ ਤੁਹਾਨੂੰ ਹੋਊਗੀ ਐਬੋਰੀਜਨਲ ਔਰਤ। ਇਹ ਕੈਨੇਡਾ ਦੀ ਰਿਐਲਿਟੀ ਹੈ। ਆਪਾਂ ਕਈ ਵਾਰੀ ਜਿਹੜੀ ਤੁਸੀਂ ਜਦੋਂ ਸਟੈਟਿਸਟਿਕਸ ਦੇਖਦੇ ਹਾਂ ਤਾਂ ਆਪਾਂ ਨੂੰ ਇੱਕ ਦੋ ਥਾਵਾਂ ਤੋਂ ਦੇਖ ਕੇ ਆਪਾਂ ਯੂ ਨੋ ਵੀ ਕਾਈਂਡ ਆਫ ਵੀ ਪ੍ਰਿਪੇਅਰ ਅਵਰ ਮਾਈਂਡ ਵੀ ਆਹ ਗੱਲ ਹੈ, ਪਰ ਜੇ ਤੁਸੀਂ ਕਹਿੰਦੇ ਹੋ ਕਿ ਅੱਜ ਇਸ ਸਮਾਜ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ, ਇਸ ਸਮਾਜ ਦੇ ਵਿੱਚ ਔਰਤ ਅਤੇ ਮਰਦ ਵੀ ਅੱਜ ਵੀ ਬਰਾਬਰ ਹੈ, ਨਹੀਂ ਹੈ। ਇੱਥੇ ਵੀ ਵਾਈਟ ਬੋਇਜ਼ ਜਿਹੜਾ ਕਲੱਬ ਹੈ ਇਟਸ ਅਪ ਐਂਡ ਰਨਿੰਗ ਐਂਡ ਇਟਸ ਸਟਿਲ ਵੈਰੀ ਸਟਰੋਂਗ ਹੋਲਡ, ਪਰ ਉਸਨੂੰ ਜਿੱਦਾਂ ਕਿ ਇੰਨੇ ਸਾਲਾਂ ਦੇ ਵਿੱਚ ਹੁਣ ਜੇ ਤੁਸੀਂ ਰੇਡੀਓ ਟੈਲੀਵਿਜ਼ਨ 'ਤੇ ਤੁਸੀਂ ਜੇ ਗੱਲ ਕਰਦੇ ਹਾਂ ਜਿਹੜੇ ਮੇਨ ਸਟ੍ਰੀਮਸ ਨੇ, ਅਤੇ ਉਹ ਸੈਕਸ਼ੁਅਲ ਓਰੀਐਂਟੇਸ਼ਨ ਦੀ ਗੱਲ ਕਰ ਲੈਣਗੇ, LGBT ਦੀ ਕਿਉਂ ਦੀ ਗੱਲ ਕਰ ਲੈਣਗੇ, ਉਹ ਸੈਕਸ ਦੀ ਗੱਲ ਕਰ ਲੈਣਗੇ, ਉਹ ਡਰਿੰਕ ਦੀ ਗੱਲ ਕਰ ਲੈਣਗੇ, ਦੇ ਵਿਲ ਟਾਕ ਅਬਾਊਟ ਸੋ ਮੱਚ ਮੋਰ ਜਿਹੜੀਆਂ ਕਿ 50 ਸਾਲ ਪਹਿਲਾਂ ਉਹ ਨਹੀਂ ਸੀ ਗੱਲ ਕਰ ਰਹੇ। ਇਸੇ ਤਰ੍ਹਾਂ ਮੈਨੂੰ ਵੀ ਆਸ ਹੈ ਕਿ ਆਪਾਂ ਵੀ ਜਿਹੜਾ ਇਵੋਲਵ ਹੋਵਾਂਗੇ ਮੈਂਟੈਲਿਟੀ ਦੇ ਵਿੱਚ, ਜਿਹੜੀਆਂ ਚੀਜ਼ਾਂ ਆਪਾਂ ਟੈਬੂ ਬਣਾਈਆਂ ਹੋਈਆਂ ਜਿਹਦਾ ਕੋਈ ਪਰਪਸ ਨਹੀਂ ਗਾ, ਜਿਹਦੇ ਵਿੱਚ ਜੇ ਮੈਂ ਵਾਰੀ ਵਾਰੀ ਅਗਲੇ ਸੋਚਣ ਤੁਹਾਡੇ ਸੁਣਨ ਵਾਲੇ ਕਹਿਣਗੇ ਪਤਾ ਨਹੀਂ ਇਹਨੂੰ ਪੀਣ ਦੇ ਵਿੱਚ ਜ਼ਿਆਦਾ ਇੰਟਰਸਟ ਹੈ, ਪਰ ਉਹ ਸਰਟਨ ਚੀਜ਼ਾਂ ਜਿਸ ਕਰਕੇ ਆਪਣੀ ਪੰਜਾਬੀ ਕਮਿਊਨਿਟੀ ਨੇ ਉਸ ਚੀਜ਼ ਨੂੰ ਟੈਬੂ ਬਣਾਇਆ ਹੋਇਆ, ਸ਼ਰਾਬ ਨੂੰ ਅਤੇ ਰਿਸ਼ਤਿਆਂ ਨੂੰ, ਹੈ ਨਾ, ਸੈਕਸ ਨੂੰ ਅਤੇ, ਹੈ ਨਾ, ਉਸ ਚੀਜ਼ ਕਰਕੇ ਮੈਂ ਕਹਿੰਦੀ ਹਾਂ ਵੀ ਜੇ ਅੱਜ ਔਰਤ, ਜੇ ਤੁਸੀਂ ਔਰਤ ਦੇ ਹੱਥ 'ਤੇ ਡਰਿੰਕ ਦੇਖਦੇ ਹੋ ਤਾਂ ਤੁਸੀਂ ਹੁਣ ਸਾਰੇ ਜਣੇ ਉਹਨੂੰ ਪੁੱਛਣ ਕਿ ਤੇਰੇ ਗਲਾਸ 'ਚ ਕੀ ਹੈ, ਤੇਰੇ ਗਲਾਸ 'ਚ ਕੀ ਪਾਇਆ, ਹੈ ਨਾ। ਮਰਦ ਗਲਾਸ ਲੈ ਕੇ ਕੁੰਮਰਿਆਂ ਨੂੰ ਕੁਛ ਨਹੀਂ ਪੁੱਛ ਰਿਹਾ, ਉਹਨੂੰ ਕਿਉਂ ਨਹੀਂ ਪੁੱਛ ਰਿਹਾ। ਅੱਛਾ ਜੇ ਔਰਤ ਡਰਿੰਕ ਕਰ ਰਹੀ ਤਾਂ ਉਹਨੂੰ ਕਿ ਮਾੜੀ ਹੈ, ਅਤੇ ਅੱਛਾ ਭਾਈ ਜੇ ਤੈਨੂੰ ਆਹ ਵਾਲੀ ਔਰਤ ਮਾੜੀ ਲੱਗਦੀ, ਤੇਰਾ ਬੰਦਾ ਤਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਪੀਂਦਾ, ਪਹਿਲਾਂ ਤਾਂ ਉਹ ਤਾਂ ਬਾਹਲਾ ਮਾੜਾ, ਉਹਦੇ ਤੋਂ ਪਰਾਂ ਹੋਵੋ। ਸੋ ਦ ਫੈਕਟ ਇਜ਼ ਆਹ ਛੋਟੀਆਂ ਬਹੁਤ ਬੇਸਿਕ ਗੱਲਾਂ ਜਿਹੜੀਆਂ ਦਿਮਾਗ ਦੇ ਵਿੱਚ ਨੇ ਆਪਣੇ, ਆਪਾਂ ਨੂੰ ਪਹਿਲਾਂ ਤਾਂ ਉਹ ਕੱਢਣੀਆਂ ਪੈਣਗੀਆਂ। ਇਦੋਂ ਬਹੁਤ ਦੂਰ ਆ ਹਜੇ ਆਪਾਂ, ਜਿੱਦਾਂ ਕਹਿੰਦੇ ਦਿੱਲੀ ਹਜੇ ਬੜੀ ਦੂਰ ਹੈ ਆਪਣੇ ਲਈ, ਇਸ ਉਸ ਮੁਕਾਮ 'ਤੇ ਔਰਤ ਨੂੰ ਦੇਖ ਲੈਣਾ ਕਿ ਉਹ ਤੁਹਾਡੀ ਬੌਸ ਹੋਵੇ, ਉਹ ਤੁਹਾਨੂੰ ਗਾਈਡ ਕਰ ਰਹੀ ਹੈ, ਉਹ ਤੁਹਾਨੂੰ ਦੱਸ ਰਹੀ ਹੈ ਵੀ ਇੱਥੇ ਨਹੀਂ ਖੜਨਾ, ਆਹ ਕਰਨਾ, ਆਹ ਪੋਲਿਸੀਜ਼ ਤੇਰੀਆਂ ਗਲਤ ਹੈ, ਮੈਂ ਤੈਨੂੰ ਡਿਸਿਪਲਿਨ ਕਰਨਾ ਆ, ਆਈ ਐਮ ਗੋਇੰ ਫਾਇਰ ਯੂ, ਉੱਥੇ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਹਜੇ ਆਪਣੇ ਲਈ। ਹਾਂ, ਕੁਛ ਔਰਤਾਂ ਹੈ ਜਿਹੜੀਆਂ ਬਹੁਤ ਸਟਰੋਂਗ ਨੇ, ਉਹਨਾਂ ਨੇ ਆਪਣੇ ਆਪ ਨੂੰ ਕੁਛ ਰੁਤਬਾ ਆਪਣਾ ਜਾਂ ਉਹਨਾਂ ਦੇ ਪਰਿਵਾਰ ਨੇ ਸਪੋਰਟ ਕੀਤੀ, ਉਹਨਾਂ ਦੇ ਫਾਦਰ ਸਾਹਿਬ ਸਟਰੋਂਗ ਸੀ, ਉਸ ਤੋਂ ਬਾਅਦ ਉਹਨਾਂ ਦੇ ਹਸਬੈਂਡ ਜਿਹੜੇ ਸੀਗੇ ਉਹ ਯੂ ਨੋ ਹੀ ਸੌ ਦ ਵੈਲਿਊ ਇਨ ਹਰ, ਅਤੇ ਉਹਨਾਂ ਨੇ ਸਮਾਜ ਤੋਂ ਟੁੱਟ ਕੇ ਵੀ ਜਿਹੜਾ ਸੀਗਾ ਵੀ ਉਹਨਾਂ ਨੂੰ ਕੀਤਾ, ਪਰ ਉਹ ਬਹੁਤ ਥੋੜ੍ਹੀਆਂ ਔਰਤਾਂ। ਜੇ ਉਧਰਲੇ ਸਮਾਜ 'ਚ ਅਸੀਂ ਇੱਥੇ ਆਏ ਹਾਂ, ਇੱਥੇ ਆਉਣ ਦੇ ਨਾਲ ਇਹ ਗੱਲ ਤੈਅ ਆ ਕਿ ਔਰਤ ਨੇ ਤਰੱਕੀ ਕੀਤੀ ਹੈ ਕਿਉਂਕਿ ਫਾਈਨੈਂਸ਼ੀਅਲ ਪਾਵਰ ਉਹਦੇ ਕੋਲ ਆ ਗਈ, ਉਹ ਕਮਾਉਣ ਲੱਗ ਪਈ, ਇੱਕ ਬਰਾਬਰ ਹੋ ਗਈ ਇੱਕ ਪੱਖ ਦੇ ਵਿੱਚੋਂ ਮਰਦ ਦੇ, ਜਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਇਹਨੂੰ ਅਸੀਂ ਫਿਊਡਲ ਵੈਲਿਊਜ਼ ਕਹਿੰਦੇ ਹਾਂ ਜਾਂ ਟੈਬੂ ਸੀ, ਕੁਛ ਲੋਕ ਤਾਂ ਕਹਿ ਦਿੰਦੇ ਵੀ ਇਹ ਉਹ ਫਿਊਡਲ ਜਿਹੜਾ ਕਲਚਰ ਸੀ ਉਹਦੀ ਰਹਿੰਦ ਖੂੰਹਦ ਆ, ਔਰਤ ਸ਼ਰਾਬ ਨਹੀਂ ਪੀ ਸਕਦੀ, ਔਰਤ ਮਰਦ ਵਾਂਗੂ ਗੱਲ ਨਹੀਂ ਕਰ ਸਕਦੀ,
ਤੇ ਕੁਛ ਕਹਿੰਦੇ ਵੀ ਇਹ ਸਾਡਾ ਕਲਚਰ ਸੀ, ਇਹੀ ਤਾਂ ਸਾਡੇ ਕਲਚਰ ਦੀ ਖਾਸੀਅਤ ਸੀ, ਜਿਹੜੀ ਸਾਡੀ ਮਤਲਬ ਉਹਦੇ ਜਿਹੜੇ ਕਰੈਕਟਰਿਸਟਿਕ ਫੀਚਰ ਸੀਗੇ ਸਾਡੇ ਕਲਚਰ ਦੇ, ਉਹੀ ਤਬਾਹ ਹੋ ਗਏ। ਪਿੱਛੇ ਨੂੰ ਗਈ ਔਰਤ ਕਿ ਅੱਗੇ ਨੂੰ ਗਈ ਇੱਥੇ ਆ ਕੇ ਓਵਰਆਲ? ਮੈਂ ਐਕਚੁਲੀ ਦੁੱਖ ਹੁੰਦਾ ਇਹ ਗੱਲ ਕਰਕੇ ਕਿ ਪਿਛਲੇ ਹਫ਼ਤੇ ਮੈਂ ਗੱਲ ਕਰ ਰਹੀ ਸੀਗੀ ਕਿ ਇੱਕ ਔਰਤ ਜਿਹੜੀ 35 ਸਾਲਾਂ ਦੀ ਆ, ਉਹ ਨਰਸ ਹੈ ਇੱਥੇ ਸਰੀ ਦੇ ਵਿੱਚ, ਅਤੇ ਮੈਨੂੰ ਇਹ ਪਤਾ ਲੱਗਦਾ ਕਿ ਉਹਦਾ ਹਸਬੈਂਡ ਜਿਹੜਾ ਹੈ ਉਸਨੂੰ ਕੁੱਟਦਾ ਮਾਰਦਾ, ਅਤੇ ਉਹ ਉਸ ਘਰ ਦੇ ਵਿੱਚ ਰਹਿ ਰਹੀ ਹੈ। ਰਾਈਟ, ਜੇ ਤੁਸੀਂ ਜਨਰਲਾਈਜ਼ ਨਹੀਂ ਆਪਾਂ ਕਰ ਸਕਦੇ, ਸੋ ਨਰਸ ਜਿਹੜੀ ਆ ਉਹ ਐਟਲੀਸਟ 35-45 ਜਿਹੜੇ ਡਾਲਰਸ ਐਨ ਆਵਰ ਬਣਾ ਰਹੀ ਹੈ, ਸੋ ਫਾਈਨੈਂਸ਼ਲੀ ਇੰਡੀਪੈਂਡੈਂਸ ਉਹਦੇ ਕੋਲ ਹੈਗੀ ਆ, ਠੀਕ ਹੈ, ਪਰ ਕੀ ਉਹਦੇ ਕੋਲ ਕੌਨਫੀਡੈਂਸ ਹੈਗਾ ਕਿ ਮੈਂ ਬੇਸਮੈਂਟ 'ਚ ਰਹਿ ਲੂੰਗੀ, ਮੈਨੂੰ ਘਰ 'ਚ ਜੇ ਨਾ ਵੀ ਰਹੀ ਤਾਂ ਮੇਰਾ ਕੋਈ ਗੱਲ ਨਹੀਂ, ਜੇ ਮੈਂ ਬੱਚਿਆਂ ਨੂੰ ਥੋੜ੍ਹਾ ਵੀ ਬਣਾ ਕੇ ਖਵਾ ਦੂੰਗੀ ਤਾਂ ਵੀ ਠੀਕ ਹੈ, ਪਰ ਕੀ ਉਸਨੂੰ ਇਹ ਹੈ ਕਿ ਉਹਦੇ ਘਰ ਵਾਲੇ ਨੇ ਬੱਚੇ ਨਹੀਂ ਦੇਣੇ ਤਾਂ ਕਰਕੇ ਉਹ ਉੱਥੇ ਕੁੱਟਮਾਰ ਸਹਿ ਰਹੀ ਹੈ, ਹੈ ਨਾ? ਸੋ ਇਕੱਲਾ ਫਾਈਨੈਂਸ਼ਲੀ ਇੰਡੀਪੈਂਡੈਂਸ ਹੋਣਾ ਹੀ ਆਜ਼ਾਦੀ ਨਹੀਂ, ਉਸ ਆਜ਼ਾਦੀ ਦੇ ਵਿੱਚੋਂ ਤੁਸੀਂ ਆਪਣੀਆਂ ਚੋਇਸਿਸ ਕੀ ਬਣਾਉਂਦੇ ਹੋ। ਸ਼ਰਾਬ ਪੀਣਾ ਕੋਈ ਆਜ਼ਾਦੀ ਦੀ ਗੱਲ ਨਹੀਂ, ਸ਼ਾਦੀ ਤੋਂ ਬਾਹਰ ਕੋਈ ਰਿਸ਼ਤਾ ਬਣਾਉਣਾ ਕੋਈ ਆਜ਼ਾਦੀ ਦੀ ਗੱਲ ਨਹੀਂ, ਇਹ ਮਤਲਬ ਇਹ ਤੁਹਾਡੀ ਆਪਦੀ ਪਰਸਨਲ ਚੋਇਸ ਹੋ ਸਕਦੀ ਆ, ਪਰ ਇਹ ਕੋਈ ਆਜ਼ਾਦੀ ਦੇ ਮਾਇਨੇ ਨਹੀਂ। ਆਜ਼ਾਦੀ ਦੇ ਮਾਇਨੇ ਹੈ ਕਿ ਜੋ ਮੈਂ ਪੜ੍ਹਨ ਲਿਖਣਾ ਚਾਹਵਾਂ ਮੈਂ ਕਰ ਸਕਾਂ, ਜੋ ਮੇਰੀਆਂ ਚੋਇਸਿਸ ਨੇ, ਮੈਂ ਇੱਕ ਤਰ੍ਹਾਂ ਦੀ ਕੋਈ ਜੋਬ ਕਰਨਾ ਚਾਹੁੰਦੀ ਹਾਂ ਕਰ ਸਕਦੀ ਹਾਂ, ਮੈਂ ਕਿਸੇ ਵੇਲੇ ਕਿਤੇ ਜਾਣਾ ਚਾਹੁੰਦੀ ਹਾਂ, ਜਾਂ ਕਿਤੇ ਮੈਨੂੰ ਜੇ ਮੈਂ ਬੋਲਾਂ ਤਾਂ ਮੈਨੂੰ ਉਹਦਾ ਟੈਬੂ ਨਾ ਹੋਵੇ, ਮੈਨੂੰ ਕਿਤੇ ਪਿੰਨ ਪੁਆਇੰਟ ਨਾ ਕੀਤਾ ਜਾਵੇ ਵੀ ਤੂੰ ਇਕੱਲੀ ਆ, ਹੈ ਨਾ? ਸੋ ਉਹ ਜਿਹੜੀਆਂ ਜਦੋਂ ਤੁਸੀਂ ਉਸ ਆਜ਼ਾਦੀ ਦਾ ਮਾਇਨਾ ਜਿਹੜਾ ਹੋ ਸਕਦਾ ਇੱਥੇ ਕੁਛ ਔਰਤਾਂ ਜਿੱਦਾਂ ਹਮੇਸ਼ਾ ਹੀ ਇੱਦਾਂ ਹੁੰਦਾ ਵੀ ਜਦੋਂ ਤੁਸੀਂ ਪਿੰਜਰੇ 'ਚੋਂ ਕੱਢਦੇ ਹੋ ਨਾ ਆਪਣੇ ਕਿਸੇ ਪੰਛੀ ਨੂੰ ਤਾਂ ਉਹ ਫੜ ਫੜਾਉਂਦਾ, ਉਸ ਤੋਂ ਬਾਅਦ ਉਹ ਲੰਮੀ ਉਡਾਰੀ ਭਰਦਾ, ਅਤੇ ਹੋ ਸਕਦਾ ਵੀ ਕੁਛ ਬੱਚੀਆਂ ਵੀ ਇਹੋ ਜਿਹੀਆਂ ਹੋਣ, ਭਾਵਾਂ ਤੁਸੀਂ ਇੰਡੀਅਨ ਤੋਂ ਸਟੂਡੈਂਟਸ ਆਏ ਹੋਣ ਕਹਿ ਦਿੰਦੇ ਹੋ, ਜਾਂ ਤੁਸੀਂ ਵਿਆਹ ਕੇ ਵੀ ਆਈਆਂ, ਕਿਉਂਕਿ ਉਹਨਾਂ ਦਾ ਘਰ ਬੜਾ ਉਹਨਾਂ ਨੇ ਬੜਾ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਸੋ ਕਾਲਡ ਉਹਨਾਂ ਨੂੰ ਰੱਖਿਆ, ਅਤੇ ਇਕਦਮ ਜਦੋਂ ਉਹਨਾਂ ਨੂੰ ਆਜ਼ਾਦੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਮਿਲਦੇ ਆ, ਉਹ ਕਹਿੰਦੇ ਵਟਐਵਰ ਵੀ ਮੈਂ ਜੋ ਮਰਜ਼ੀ ਕਰਾਂ, ਹੈ ਨਾ? ਪਰ ਉਹ ਵਧੀਆ ਆਜ਼ਾਦੀ ਦੀ ਗੱਲ ਨਹੀਂ। ਆਜ਼ਾਦੀ ਦਾ ਮਤਲਬ ਹੈ ਕਿ ਤੁਸੀਂ ਸਮਾਜ ਦੇ ਵਿੱਚ ਕੀ ਕੰਟਰੀਬਿਊਟ ਕਰ ਸਕਦੇ ਹੋ। ਆਜ਼ਾਦ ਕੌਣ ਸੀ? ਜੇ ਤੁਸੀਂ ਆਪਾਂ ਸਿੱਖਇਜ਼ਮ ਦੀ ਗੱਲ ਕਰੀਏ ਤਾਂ 10 ਗੁਰੂ ਜਿਹੜੇ ਨੇ ਉਹ ਜਿਉਂਦੇ ਜਾਗਦੇ ਇਨਸਾਨ ਸੀ, ਉਹਨਾਂ ਨੂੰ ਆਪਾਂ ਭਗਵਾਨ ਬਣਾ ਲਈਦਾ, ਪਰ ਉਹ ਜਿਉਂਦੇ ਜਾਗਦੇ ਇਨਸਾਨ ਸੀ ਜਿਨ੍ਹਾਂ ਨੇ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਵਿੱਚ ਆਪਣੀ ਸਮਝ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਸੀ, ਇੱਦਾਂ ਉੱਤੋਂ ਨਹੀਂ ਸੀ ਕੋਈ, ਮੈਨੂੰ ਲੱਗਦਾ ਕੋਈ ਗੱਲ ਉੱਤਰੀ, ਉਹਨਾਂ ਨੇ ਆਪਣੇ ਦਿਮਾਗ ਨੂੰ ਬਹੁਤ ਇਨਵੈਸਟਮੈਂਟ ਕਰਕੇ ਉਸ ਤੋਂ ਬਾਅਦ ਇਹ ਸੋਚਿਆ ਕਿ ਮੇਰੇ ਕੋਲ ਹੁਣ ਇਹ ਹੈ ਅਤੇ ਮੈਂ ਉਸ ਆਜ਼ਾਦੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਵਾਂ, ਮੈਂ ਉਸ ਨੌਲੇਜ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਵਾਂ। ਜਿਸ ਵਕਤ ਜਦੋਂ ਔਰਤ ਆਪਣੇ ਆਪ ਨੂੰ ਜ਼ਿਆਦਾ ਨੌਲੇਜਬਲ ਕਰੂਗੀ, ਉਸ ਪਹਿਲਾ ਪੜਾਅ ਜਿਹੜਾ ਹੋਣਾ ਚਾਹੀਦਾ ਆਜ਼ਾਦੀ ਦਾ, ਨੌਲੇਜ ਹੋਣਾ ਚਾਹੀਦਾ। ਨੌਲੇਜ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਜੇ ਤੁਸੀਂ ਫਰੀਡਮ ਨੂੰ ਐਕਸਰਸਾਈਜ਼ ਕਰਦੇ ਹੋ ਤਾਂ ਦੈਟ ਇਜ਼ ਸੋ ਮੱਚ ਮੋਰ ਬੈਟਰ। ਜੇ ਤੁਸੀਂ ਬਿਨਾਂ ਅਵੇਅਰਨੈਸ ਤੋਂ, ਬਿਨਾਂ ਐਜੂਕੇਸ਼ਨ ਤੋਂ, ਬਿਨਾਂ ਲੋਕਾਂ ਦੀ ਆਸੇ ਪਾਸੇ ਦੀ ਜਿਹੜੀ ਤੁਸੀਂ ਸੋਚ ਸਮਝ ਨੂੰ ਜੇ ਤੁਸੀਂ ਬਿਨਾਂ ਕੋਈ ਸਟੈਪ ਚੁੱਕੋਗੇ ਤਾਂ ਉਹ ਆਜ਼ਾਦੀ ਦਾ ਅਸਲੀ ਮਾਇਨੇ ਦੇ ਵਿੱਚ ਉਹਦਾ ਫਾਇਦਾ ਨਹੀਂ ਹੋਣਾ। ਅੱਛਾ, ਹੁਣ ਸਾਡੇ ਕੋਲ ਮਤਲਬ ਇੱਕ ਮਾਪਾ ਆ, ਉਹਦੇ ਕੋਲ ਘਰ ਦੇ ਵਿੱਚ ਧੀ ਵੀ ਆ, ਪੁੱਤ ਵੀ ਆ, ਓਨੈਸਟਲੀ ਉਹਦੇ ਮਨ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਵੀ ਮੈਂ ਧੀ ਦੇ ਨਾਲ ਫਰਕ ਕਰਨਾ, ਪਰ ਉਹ ਉਹਨੂੰ ਮੁੰਡੇ ਵਾਲੀ ਖੁੱਲ੍ਹ ਨਹੀਂ ਦੇ ਸਕਦਾ। ਜੇ ਮੁੰਡਾ 12, ਉਹਨੂੰ ਇੱਦਾਂ ਲੱਗਦਾ ਕਿ ਮੇਰਾ ਕੰਮ ਇਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਮੈਨੂੰ ਇਹਨੂੰ, ਕਿ ਸਾਡਾ ਜਿਹੜਾ ਇੱਕ ਇੱਜ਼ਤ ਦਾ ਕੌਨਸੈਪਟ ਆ, ਸਾਡੇ ਓਨਰ ਦਾ ਕੌਨਸੈਪਟ ਆ, ਉਹ ਅਸੀਂ ਕੁੜੀ ਦੇ ਨਾਲ ਜੋੜਿਆ ਆ। ਕਿ ਮੰਨ ਲਓ ਕੋਈ ਇੱਦਾਂ ਦੀ ਗੱਲ ਹੁੰਦੀ ਆ, ਮੁੰਡਾ ਕੁਛ ਵੀ ਕਰ ਲੈਂਦਾ, ਉਹਦਾ ਕੱਲ੍ਹ ਨੂੰ ਵਿਆਹ ਕਰਨਾ, ਉਹਨੂੰ ਕੁਛ ਵੀ ਕਰਨਾ, ਇੱਕ ਡਿਫਰੈਂਟ ਚੀਜ਼ ਆ ਜੋ ਪ੍ਰੈਕਟੀਕਲੀ ਸਮਾਜ ਦੇ ਵਿੱਚ। ਜੇ ਕੁੜੀ ਉਸ ਤਰ੍ਹਾਂ ਦੇ ਕਿਸੇ ਵੀ ਕੰਮ ਦੇ ਵਿੱਚ ਇਨਵੋਲਵ ਹੋ ਜਾਂਦੀ ਆ, ਚਾਹ ਕੇ ਜਾਂ ਨਾ ਚਾਹ ਕੇ ਜਾਂ ਕਿਸੇ ਦੇ ਕਹਿਣ 'ਤੇ, ਉਹਨੂੰ ਉਹਦੇ ਵਿੱਚੋਂ ਕੱਢਣਾ ਕਰਨਾ ਸਾਡੇ ਲਈ ਜ਼ਿਆਦਾ ਔਖਾ। ਮਾਪਾ ਉੱਥੇ ਕਿਹੜੀ ਅਪਰੋਚ ਰੱਖੇ? ਬੜਾ ਤੁਸੀਂ ਦੇਖੋ, ਇੱਕ ਆਪਾਂ ਇਹ ਗੱਲ ਕਿਹਾ ਕਿ ਬੱਚੇ ਨੂੰ ਜਾਣੇ ਅਣਜਾਣੇ ਦੇ ਵਿੱਚ, ਆਪਾਂ ਇਹ ਸੋਚਦੇ ਹਾਂ ਕਿ ਬੱਚਿਆਂ ਨੂੰ ਪਤਾ ਨਹੀਂ, ਰਾਈਟ, ਵੀ ਉਹ ਸਿਆਣੀਆਂ ਨਹੀਂ ਨਾ, ਪਰ ਉਹ ਸਿਆਣੀਆਂ ਨਹੀਂ, ਉਹ ਕਿਸ ਦੀ ਗਲਤੀ ਹੈ? ਰਾਈਟ, ਉਹ ਜੰਮਦੀਆਂ ਤਾਂ ਕਮਲੀਆਂ ਨਹੀਂ ਸੀ ਅਤੇ ਜੰਮਦੇ ਹੀ ਮੁੰਡੇ ਸਿਆਣੇ ਨਹੀਂ ਸੀ ਨਾ। ਸੋ ਆਪਣੇ ਆਪ ਨੂੰ ਅਵੇਅਰ ਹੋ ਕੇ ਤੁਸੀਂ, ਜੇ ਕੋਈ ਬੱਚੀ ਕਿਸੇ ਬੱਚੇ ਦੇ ਨਾਲ ਰਿਸ਼ਤਾ ਰੱਖਣਾ ਚਾਹੁੰਦੀ ਹੈ ਪਰ ਉਹ ਫੁੱਲੀ ਅਵੇਅਰ ਹੋ ਕੇ ਰੱਖਣਾ ਚਾਹੁੰਦੀ ਹੈ, ਦੈਨ ਦੈਟ ਇਜ਼ ਹਰ ਰਿਐਲਿਟੀ, ਉਸ ਨੂੰ ਤੁਸੀਂ ਵਾਕ ਅਵੇ ਨਹੀਂ ਕਰ ਸਕਦੇ। ਤੁਸੀਂ ਇਹ ਕਹੋਗੇ ਵੀ ਹਾਂ ਮੇਰਾ ਮੁੰਡਾ ਜਾ ਕੇ ਉੱਥੇ ਬਾਹਰ ਰਿਸ਼ਤਾ ਕਿਤੇ ਰੱਖ ਲਏ ਕੋਈ ਪ੍ਰੋਬਲਮ ਨਹੀਂ ਗੀ, ਹੈ ਨਾ? ਅਤੇ ਪਰ ਜੇ ਮੇਰੀ ਬੇਟੀ ਜਾ ਕੇ ਬਾਹਰ ਕਿਤੇ ਰਿਸ਼ਤਾ ਰੱਖਦੀ, ਨਹੀਂ ਨਹੀਂ ਨਹੀਂ, ਇਹ ਕਮਲੀ ਹੈ, ਇਹਨੂੰ ਪਤਾ ਨਹੀਂ ਲੱਗਣਾ, ਉਹ ਨਾਲ ਦੀ ਕੁੜੀ ਆ, ਉਹ ਇਹਨੂੰ ਸਿਖਾਉਂਦੀ ਹੈ, ਇਹਨੂੰ ਤਾਂ ਮੇਰੀ ਸਾਡੀ ਤਾਂ ਕੁੜੀ ਬਹੁਤ ਚੰਗੀ ਹੈ। ਚੰਗੀ ਅਤੇ ਮਾੜੀ ਦਾ ਕੋਨਸੈਪਟ ਤੁਸੀਂ ਇੱਕ ਡਰਿੰਕਿੰਗ ਅਤੇ ਇੱਕ ਬੱਚੇ ਦੇ ਆਪਣੇ ਨਾਲ ਦਾ ਜਿਹੜਾ
ਇੱਕ ਸਾਥੀ ਲੱਭਣ ਨੂੰ ਤੁਸੀਂ ਦੇ ਵਿੱਚ ਰੱਖ ਲਿੱਤਾ ਵੀ ਜੇ ਉਹਨੇ ਇੱਕ ਇੱਕ ਬੋਏਫ੍ਰੈਂਡ ਸੀ ਕੱਲ੍ਹ ਛੱਡ ਕੇ ਉਹਨੇ 2 ਮਹੀਨਿਆਂ ਬਾਅਦ 2 ਸਾਲਾਂ ਬਾਅਦ ਕੋਈ ਹੋਰ, ਇਹਦਾ ਮਤਲਬ ਵੀ ਹੁਣ ਉਹ ਮਾੜੀ ਹੋ ਗਈ? ਇਹ ਆਪਣਾ ਦਿਮਾਗ ਹੈ, ਦੈਟ ਇਜ਼ ਵਟ ਆਮ ਸੇਇੰਗ, ਵੀ ਆਪਣੇ ਮਾਪਿਆਂ ਨੂੰ ਥੋੜ੍ਹਾ ਜੇਰਾ ਕਰਨਾ ਪੈਣਾ, ਬੱਚੀਆਂ ਨੂੰ ਗਲਤੀ ਕਰਨ ਦੇਣਾ ਪੈਣਾ। ਮੁੰਡੇ ਗਲਤੀ ਕਰਦੇ ਆ, ਛਿੱਤਰ ਖਾਂਦੇ ਆ, ਸਹੀ ਹੋ ਜਾਂਦੇ ਆ, ਰਾਈਟ? ਤੁਸੀਂ ਉਹਨੂੰ ਝਿੜਕਦੇ ਹੋ, ਕੀ ਕੀਤਾ, ਪੈਸੇ ਦਿੱਤੇ ਸੀ ਤੈਨੂੰ, ਕਿੰਨੇ ਦਿੱਤੇ, ਖਰਾਬ ਕਰਕੇ ਆ ਗਿਆ, ਗੱਡੀ ਮਾਰ ਕੇ ਆ ਗਿਆ, ਤੁਸੀਂ ਉਹਨੂੰ ਕੀ ਕਰਦੇ ਹੋ? ਉਦੋਂ ਬਾਅਦ ਘਰ ਬਿਠਾ ਲੈਂਦੇ ਹੋ ਵੀ ਜੇ ਤੂੰ ਗੱਡੀ ਮਾਰ ਕੇ ਆ ਗਿਆ ਬਾਹਰ, ਜੇ ਤੂੰ ਸ਼ਰਾਬ ਪੀ ਕੇ 12 ਵਜੇ ਜਾਂ 2 ਵਜੇ ਆਇਆ ਜਾਂ ਅਗਲੇ ਦਿਨ ਆਇਆ, ਤਾਂ ਆਪਾਂ ਉਹਨੂੰ ਕੀ ਉਹਨੂੰ ਕਹਿ ਦਿੰਦੇ ਹਾਂ ਵੀ ਨਹੀਂ ਹੁਣ ਤੂੰ ਅੱਗੇ ਜਾਣਾ ਨਹੀਂ? ਉਹਨੂੰ ਕਹਿ ਦਿੰਦੇ ਭਾਈ ਜਾਣਾ ਅੱਗੇ ਤੋਂ, ਪਰ 9 ਵਜੇ ਆਈ। ਜਦੋਂ ਤੱਕ ਆਪਣਾ ਸਮਾਜ ਮਨ ਔਰਤ ਅਤੇ ਮਰਦ ਦੇ ਲਈ ਇੱਕੋ ਜਿਹੇ ਰੂਲਸ ਨਹੀਂ ਬਣਾਉਂਦਾ, ਬੇਟੀਆਂ ਕਦੇ ਵੀ ਜਿਹੜੀਆਂ ਹੈਗੀਆਂ ਉਸ ਚੀਜ਼ ਨੂੰ, ਇਹ ਸਮਾਜ ਜਿਹੜਾ ਹੈਗਾ ਇਹ ਉਸ ਲੈਵਲ 'ਤੇ ਨਹੀਂ ਪਹੁੰਚੂਗਾ ਜਿੱਥੇ ਆਪਾਂ ਚਾਹੁੰਦੇ ਹਾਂ। ਇਹ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਕਿ ਬੇਟੀ ਨੂੰ ਤੁਸੀਂ ਕਹੋ ਹਾਂ ਬੇਟਾ ਤੁਸੀਂ ਚੱਲੇ ਹੋ, ਚੰਗਾ ਓਕੇ ਠੀਕ ਹੈ, ਤੁਸੀਂ ਟਾਈਮ ਸਿਰ ਆ ਜਾਓ, 12 ਵਜੇ ਆ ਜਾਓ, 1-2 ਵਜੇ, ਚੱਲ ਜੇ ਲੇਟ ਵੀ ਆ ਗਈ, ਸ਼ਰਾਬ ਪੀ ਕੇ ਵੀ ਆ ਗਈ, ਤਾਂ ਪਤਾ ਵੀ ਲੱਗ ਜਾਂਦਾ ਤੁਹਾਨੂੰ ਉਹਦਾ ਬੋਏਫ੍ਰੈਂਡ ਗਰਲਫ੍ਰੈਂਡ। ਯੂ ਹੈਵ ਟੂ ਅਲਾਓ ਹਰ ਟੂ ਐਕਸਪੀਰੀਅੰਸ ਦੋਜ਼ ਰਿਲੇਸ਼ਨਸ਼ਿਪਸ। ਕੱਲ੍ਹ ਨੂੰ ਉਸਨੇ ਆਪਣੇ ਮਰਦ ਦੇ ਨਾਲ ਇੱਕ ਆਪਣਾ ਉਹਨੇ ਹਸਬੈਂਡ ਲੱਭਣਾ, ਉਹਨੂੰ ਪਤਾ ਹੀ ਨਹੀਂ ਮੈਨੂੰ ਜ਼ਿੰਦਗੀ 'ਚ ਕੀ ਚਾਹੀਦਾ, ਠੀਕ ਹੈ ਕਿ ਨਹੀਂ? ਤੁਸੀਂ ਉਹਦਾ, ਇਟਸ ਨੋਟ ਦ ਵਰਲਡ ਜਿੱਥੇ ਤੁਸੀਂ ਅਰੇਂਜ ਮੈਰਿਜ ਕਰ ਦਿਓ ਕਿ ਬੱਚੀਆਂ ਰਹਿ ਜਾਣਗੀਆਂ, ਜੇ ਤੁਸੀਂ ਉਹੀ ਭੁਲੇਖੇ 'ਚ ਰਹਿੰਦੇ ਹੋ ਤਾਂ ਇਟਸ ਕੰਪਲੀਟਲੀ ਰੋਂਗ। ਤੁਹਾਨੂੰ ਪ੍ਰੋਟੈਕਟ ਕਰਨ ਦੀ ਲੋੜ ਨਹੀਂ, ਤੁਸੀਂ ਉਹਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਬੱਚਾ ਤੁਹਾਨੂੰ ਇਸ ਉਮਰ ਦੇ ਵਿੱਚ ਆਹ ਐਕਸਪੀਰੀਅੰਸਿਸ ਚਾਹੀਦੇ ਨੇ। ਤੁਹਾਨੂੰ ਜੇ ਤੁਸੀਂ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਉਹਦਾ ਰੋਲ ਇੰਨਾ ਕੀ ਹੈ? ਪਹਿਲਾਂ ਪੜ੍ਹਾਈ ਦਾ, ਤੁਸੀਂ ਪੈਰਾਂ 'ਤੇ ਖੜ੍ਹੇ ਹੋਣਾ, ਫਿਰ ਉਸ ਤੋਂ ਬਾਅਦ ਹਾਂ ਸ਼ੋਰ ਯੂ ਕੈਨ ਹੈਵ ਫਰੈਂਡਸ, ਬਟ ਪਹਿਲੀ ਪ੍ਰਾਇਰਿਟੀ ਤੁਹਾਡੀ ਆਪਣੇ ਆਪ ਨੂੰ ਸੋਲਿਡ ਬਣਾਉਣਾ। ਯੂ ਨੀਡ ਟੂ ਅੰਡਰਸਟੈਂਡ ਹੂ ਯੂ ਆਰ, ਦੈਨ ਯੂ ਗੈਟ ਇਨ ਟੂ ਦ ਰਿਲੇਸ਼ਨਸ਼ਿਪ। ਜੇ ਤੁਸੀਂ ਉਹ ਐਜੂਕੇਸ਼ਨ ਦਿੱਤੀ ਹੋਈ ਹੈ ਆਪਣੀ ਬੇਟੀ ਨੂੰ, ਤਾਂ ਮੋਰ ਲਾਈਕਲੀ ਦੈਨ ਨਾਟ ਸ਼ੀ ਵਿਲ ਮੇਕ ਗੁੱਡ ਡਿਸੀਜਨਸ। ਪਰ ਜੇ ਉਹ ਬੈਡ ਡਿਸੀਜਨ ਬਣਾਉਂਦੀ ਵੀ ਹੈ, ਦੈਨ ਇਟਸ ਓਕੇ, ਡੋਂਟ ਪੈਨਿਕ ਔਨ ਇਟ, ਰਾਈਟ? ਤੁਸੀਂ ਇੱਕ ਦੂਜੇ ਨੂੰ, ਇੱਕ ਦੂਜੀ ਦੀਆਂ ਕੁੜੀਆਂ ਨੂੰ ਉਂਗਲਾਂ ਕਰਕੇ ਨਾ ਕਹੋ, ਰਾਈਟ? ਜੇ ਮੈਂ ਕਹਿੰਦੀ ਹਾਂ ਜੇ ਮੈਨੂੰ ਅੱਜ ਫਿਕਰ ਹੈ ਕਿ ਮੇਰੀ ਬੇਟੀ ਬਾਹਰ ਜਾਊਗੀ, ਤਾਂ ਇਹਦਾ ਮਤਲਬ ਹੈ ਵੀ ਮੈਂ ਕਿਸੇ ਦੀ ਬੱਚੀ ਨੂੰ ਗੱਲ ਕਰਦੀ ਵੀ ਉਹ ਤਾਂ ਕੱਲ੍ਹ ਨੂੰ ਬੋਏਫ੍ਰੈਂਡ ਉਹ ਨਹੀਂ ਸੀਗਾ, ਅੱਜ ਯੂ ਨੋ ਕਿਸੇ ਹੋਰ ਨਾਲ ਤੁਰੀ ਫਿਰਦੀ ਹੈ। ਕਦੇ ਮੁੰਡਿਆਂ ਨੂੰ ਕਹਿਆ ਆਪਾਂ? ਉਹ ਆਪਣੇ ਕੋਨਸੈਪਟ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਐਡੀ ਇੱਕ ਘਟੀਆ ਰਿਐਲਿਟੀ ਆਪਾਂ ਕ੍ਰੀਏਟ ਕੀਤੀ ਹੋਈ ਆ, ਔਰਤ ਨੂੰ ਇੱਕ ਪੋਜੈਸ਼ਨ ਬਣਾਇਆ ਹੋਇਆ ਕਿ ਉਹ ਮੇਰੀ ਪੋਜੈਸ਼ਨ ਆ ਉਹ, ਹੈ ਨਾ? ਜੇ ਉਹ ਕਿਸੇ ਨੇ ਹੋਰ ਨੇ ਵਰਤਦੀ ਤਾਂ ਖਰਾਬ ਹੋ ਗਈ ਮੇਰਾ ਪੋਜੈਸ਼ਨ। ਮੁੰਡਾ, ਮੁੰਡੇ ਨੂੰ ਨਹੀਂ ਪੋਜੈਸ਼ਨ ਬਣਾਇਆ ਹੋਇਆ, ਮੁੰਡਾ ਕਿਉਂ ਨਹੀਂ ਹੁੰਦਾ? ਪਰ ਇਹ ਸਾਡੀ ਮਾਨਸਿਕਤਾ, ਅਸੀਂ ਹੁਣ 12-14 ਘੰਟੇ ਦੀ ਫਲਾਈਟ ਲੈ ਕੇ ਇੱਥੇ ਆਏ, ਦਿਮਾਗ ਤਾਂ ਬਦਲਿਆ ਨਹੀਂ ਜਾ ਸਕਦਾ ਐਡੀ ਜਲਦੀ। ਐਟਲੀਸਟ ਅਸੀਂ ਘੱਟੋ ਘੱਟ ਇਸ ਜਿਹੜੀ ਉਹਦੇ ਵਿੱਚ ਤਾਂ ਨਹੀਂ ਕਰ ਸਕਦੇ, ਕਿਉਂਕਿ ਜੇ ਕੋਈ 25-30 ਸਾਲ ਜਿਹਨੇ ਉੱਥੇ ਕੱਢੇ ਆ, ਬੱਚਾ ਜਿਹੜਾ ਉਹ ਇੱਥੇ ਦਾ ਬੋਰਨ। ਅੱਛਾ, ਤੁਸੀਂ ਮੈਨੂੰ ਦੱਸੋ, ਤੁਸੀਂ ਜਦੋਂ ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਉੱਥੇ ਕਿੱਧਰ ਆਪਾਂ ਖੱਬੇ ਡਰਾਈਵ ਕਰਦੇ ਸੀਗੇ, ਇੱਧਰ ਸੱਜੇ ਮੈਨੂੰ ਲੱਗਦਾ ਦੂਜੇ ਦਿਨ ਚਲਾ ਲੈਂਦੇ ਹੋ ਤੁਸੀਂ, ਕੀ ਇੰਨਾ ਹੀ ਸੌਖਾ? ਨਹੀਂ, ਤੁਸੀਂ ਮੈਨੂੰ ਦੱਸੋ, ਜੇ ਤੁਸੀਂ ਖੱਬੇ ਚਲਾਉਂਦੇ ਹੋ ਤਾਂ ਕੀ ਹੁੰਦਾ? ਉੱਥੇ ਕੌਨਸੀਕੁਐਂਸਿਸ ਆ, ਤੁਸੀਂ ਤਾਂ ਕਰਕੇ ਬੰਦੇ ਬਣ ਕੇ ਇੱਧਰ ਚਲਾਉਂਦੇ ਹੋ, ਠੀਕ ਹੈ ਕਿ ਨਹੀਂ? ਆਪਾਂ ਨੂੰ ਕਿੰਨੀ ਟਾਈਮ ਲੱਗਿਆ ਸਿੱਖਣ ਨੂੰ? ਨਹੀਂ, ਪਰ ਕੀ ਇਹ ਇੱਦਾਂ ਸਵਿਚ ਆਨ ਆਫ ਹੋ ਸਕਦਾ ਸਾਡੀ ਸੋਚ? ਜੇ ਚਾਹੀਏ, ਜੇ ਚਾਹੀਏ ਹੋ ਸਕਦਾ। ਮੈਂ ਤੁਹਾਨੂੰ ਇਹ ਕਹਿੰਦੀ ਹਾਂ ਵੀ ਤੁਸੀਂ ਜਿਹੜਾ ਪਿੱਛੇ ਸੀਗਾ ਲੈਂਡਲਾਈਨ ਯੂਜ਼ ਕਰਦੇ ਹੁੰਦੇ ਸੀ, ਉਸ ਤੋਂ ਬਾਅਦ ਆਹ ਫੋਨ ਆ ਗਿਆ, ਆਪਾਂ 1 ਮਿੰਟ ਲਾਉਂਦੇ ਨਵਾਂ ਫੋਨ ਹੱਥ 'ਚ ਆ ਜੇ, ਅੱਛਾ ਅੱਛਾ ਇੱਦਾਂ ਇੱਦਾਂ ਕਰਨਾ, ਹੁਣ ਇੱਦਾਂ ਯੂਜ਼ ਕਰਾਂਗੇ, ਹੁਣ ਕੰਨਾਂ 'ਚ ਟੂਟੀ ਜੇ ਲੱਗਣਾ, ਆਪਾਂ ਟਾਈਮ ਲਾਉਂਦੇ ਹਾਂ? ਇਹਦਾ ਮਤਲਬ ਹੈ ਕਿ ਅਬਿਲਿਟੀ ਟੂ ਚੇਂਜ ਇਜ਼ ਦੇਅਰ, ਅਬਿਲਿਟੀ ਟੂ ਚੇਂਜ ਆਰ ਪ੍ਰਾਇਰਟੀਜ਼, ਆਰ ਚੋਇਸਿਸ ਇਜ਼ ਦੇਅਰ, ਰਾਈਟ? ਅੱਛਾ, ਮੇਰੇ ਅਰਗੇ ਨੂੰ, ਅੱਛਾ ਅੱਜ ਸਲਵਾਰ ਦਾ, ਕੱਲ੍ਹ ਨੂੰ ਪਜਾਮੇ ਜੇ ਦਾ ਰਿਵਾਜ਼ ਆ, ਕਿੰਨਾ ਟਾਈਮ ਲੱਗਦਾ ਮੈਨੂੰ ਚੇਂਜ ਕਰਨ ਨੂੰ? ਪਿੱਛੇ ਨਹੀਂ ਆ ਸੋਹਣਾ ਲੱਗਦਾ, ਉਹਨੇ ਫੋਟੋ ਪਾਈ ਹੈ ਫੇਸਬੁੱਕ 'ਤੇ, ਮੈਂ ਵੀ ਲੈਣੀ ਹੈ, ਕਿੰਨਾ ਟਾਈਮ ਲੱਗਿਆ? ਬੰਦਿਆਂ ਨੂੰ ਜੇ ਤੁਸੀਂ ਕਹੀਏ ਵੀ ਨਹੀਂ ਜੀ ਔਖਿਆ ਜਾਂ ਟਾਈਟ ਪੈਂਟਾਂ ਦਾ ਰਿਵਾਜ਼ ਆ ਗਿਆ, ਨਹੀਂ ਜੀ ਆਹ ਮੇਰਾ ਬਲੇਜ਼ਰ ਪਾਇਆ, ਮੈਂ ਉਹਦੇ ਵੇਖਿਆ ਸੀਗਾ, ਮੈਂ ਪਹਿਲਾਂ ਪਲੇਨ ਪਾਉਣਾ ਹੁੰਦਾ ਸੀ ਪੂਰਾ ਸੈੱਟ, ਹੁਣ ਮੈਂ ਜੀਨਸ ਦੇ ਨਾਲ ਸਪੋਰਟਸ ਵਾਲਾ ਬਲੇਜ਼ਰ ਪਾਉਣਾ, ਕਿਉਂਕਿ ਉਹਨੇ, ਕਿੰਨਾ ਟਾਈਮ ਲੱਗਦਾ ਤੁਹਾਨੂੰ? ਲੋਕਾਂ ਨੇ ਬਦਲਿਆ ਕਿਉਂ ਨਹੀਂ ਜੀ ਇੰਨਾ ਸੌਖਾ? ਕਿਉਂਕਿ ਤੁਸੀਂ, ਕਿਉਂਕਿ ਕੌਨਸੀਕੁਐਂਸਿਸ ਨਹੀਂ ਹੈ, ਕੌਨਸੀਕੁਐਂਸਿਸ ਚਾਹੀਦੇ ਨਾ, ਕੌਨਸੀਕੁਐਂਸਿਸ ਅਤੇ ਮੋਟੀਵੇਸ਼ਨ ਚਾਹੀਦੇ ਆ। ਕੌਨਸੀਕੁਐਂਸਿਸ ਇਹ ਹੈ ਵੀ ਜੇ ਤੁਸੀਂ ਖੱਬਾ ਡਰਾਈਵ ਕਰੋਗੇ ਤਾਂ ਤੁਹਾਨੂੰ ਟਿਕਟ ਮਿਲੂਗੀ, ਉੱਥੇ ਜਗਾੜ ਲਾਉਂਦੇ ਸੀਗੇ ਤੁਸੀਂ ਟੁੱਟੀ ਜਿਹੀ ਕਾਰ ਦੇ ਯੂਨੋ ਕਰਕੇ, ਹੁਣ ਤੁਹਾਨੂੰ ਇੱਥੇ ਜੇ ਅਗਲਾ ਕਹਿੰਦਾ ਵੀ ਨਹੀਂ ਆਹ ਕਾਰ ਟਰੱਕ ਟੁੱਟਿਆ ਹੋਇਆ ਕਾਕਾ ਜੀ ਸਾਈਡ 'ਤੇ ਪੁੱਲ ਕਰੋ, ਜਦ ਤੱਕਣ ਤੁਹਾਡੀ ਆਹ ਚੀਜ਼ ਜਿਹੜੀ ਲਟਕਦੀ ਜੀ ਹੈ ਠੀਕ ਨਹੀਂ ਹੁੰਦੀ, ਇਟਸ ਅਨਸੇਫ ਫੋਰ ਦ ਰੈਸਟ ਆਫ ਦ ਪੈਸੰਜਰਸ, ਯੂ ਕੈਨ ਨਾਟ ਡਰਾਈਵ, ਰਾਈਟ? ਠੀਕ ਆ, ਆਪਾਂ ਉੱਥੇ ਆਪਾਂ ਚਲਾਈ ਜਾਣਾ, ਇੱਥੇ ਇੱਥੇ ਐਕਚੁਲੀ ਫਾਈਨੈਂਸ਼ੀਅਲ ਕੌਨਸੀਕੁਐਂਸਿਸ ਨੇ, ਠੀਕ ਹੈ ਨਾ, ਉਸ ਚੀਜ਼ ਕਰਕੇ, ਮਤਲਬ ਇਹ ਕਿ ਕੌਨਸੀਕੁਐਂਸਿਸ ਨੇ। ਦੂਸਰੀ ਗੱਲ, ਜਿਹੜਾ ਤੁਸੀਂ ਆਪਾਂ ਟੈਕਨੋਲੋਜੀ ਨੂੰ ਵਰਤ ਲੈਂਦੇ ਹਾਂ ਜਾਂ ਕੱਪੜੇ ਕਰ, ਉਹ ਆਪਾਂ ਨੂੰ ਹੁੰਦਾ ਵੀ ਐਕਸੈਪਟੈਂਸ ਆ, ਸੋਸ਼ਲੀ ਐਕਸੈਪਟੈਂਸ ਚਾਹੀਦੀ ਹੈ ਵੀ ਓਕੇ ਨਹੀਂ ਜੇ ਮੈਂ ਆਹ ਕਾਂਟੇ ਪਾਊਂ ਤਾਂ ਸੋਹਣੀ ਲੱਗੂ, ਦੂਜਿਆਂ ਦੇ ਮੈਂ ਇੱਦਾਂ ਨਹੀਂ ਪਾਉਣ, ਉਹ ਕੀ ਆ, ਸੋਸ਼ਲ ਐਕਸੈਪਟੈਂਸ ਚਾਹੁੰਦੇ ਆਪਾਂ ਨੂੰ। ਸੋਸ਼ਲ ਐਕਸੈਪਟੈਂਸ ਮੇਰੀ ਚੇਂਜ ਦੇ ਵਿੱਚ ਹੈ, ਜੇ ਮੈਂ ਉਹੀ ਫੁੱਲਾਂ ਵਾਲੇ ਪੁਰਾਣੇ ਸੂਟ ਪਾਉਂਦੇ ਹਾਂ ਤਾਂ ਮੇਰੇ ਅਰਗੇ ਕਹਿੰਦੇ ਲਮੀਰਾ ਤੂੰ ਕਿਹੋ ਜਿਹੇ ਸੂਟ ਪਾਈ ਜਾਂਦੀ ਹੈ, ਹਮੇਸ਼ਾ
ਜਾਂ ਤਾਂ ਤੁਹਾਡੇ 'ਚ ਗਟਸ ਇਨਫ ਹੈ ਵੀ ਨਹੀਂ ਆਈ ਵਾਂਟ ਟੂ ਕੰਟੀਨਿਊ ਮਾਈ ਯੂ ਨੋ ਵਟ ਐਵਰ ਮਾਈ ਪ੍ਰਾਇਰਟੀਜ਼ ਆਰ ਵਟ ਐਵਰ ਮਾਈ ਵੈਲਿਊਜ਼ ਆਰ ਜੇ ਤੁਸੀਂ ਐਕਸੈਪਟੈਂਸ ਦੂਜਿਆਂ ਦੀ ਲੈਣੀ ਹੈ ਤਾਂ ਆਪਾਂ ਨੂੰ ਟਾਈਮ ਨਹੀਂ ਲੱਗਦਾ ਬਦਲਣ ਨੂੰ ਸੋ ਜੇ ਆਪਾਂ ਜੇ ਇੱਕ ਸੁਸਾਇਟੀ ਤੁਰ ਪੈਂਦੀ ਹੈ ਜੇ ਡਾਇਲੋਗ ਜਿਸ ਤਰ੍ਹਾਂ ਆਪਾਂ ਅੱਜ ਕਰ ਰਹੇ ਹਾਂ ਤਾਂ ਮੈਨੂੰ ਸ਼ੋਅ ਮੈਂ ਇਸਨੂੰ ਬਿਲਕੁਲ ਮੈਨੂੰ ਲੱਗਦਾ ਕਿ ਘਰਾਂ ਘਰਾਂ ਦੇ ਵਿੱਚ ਬਹੁਤੇ ਘਰਾਂ ਦੇ ਵਿੱਚ ਡਾਇਲੋਗ ਹੁੰਦਾ ਪਰ ਕਿਤੇ ਲੋਕੇ 'ਚ ਪਏ ਹੁੰਦਾ ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ ਪਰ ਲੋਕ ਤਿਆਰ ਨੇ ਇਸ ਗੱਲ ਨੂੰ ਮਨਾਉਣ 'ਤੇ ਜੇ ਉਹ ਨਹੀਂ ਮੰਨਣਗੇ ਤਾਂ ਜਿਹੜੇ ਅੱਜ ਦੇ ਬੱਚੇ ਹੈ ਉਹ ਮਨਾਉਣਗੇ ਉਹਨਾਂ ਨੂੰ ਉਹ ਮਨਾ ਰਹੇ ਹੈ ਅੱਜ ਦੀਆਂ ਬੇਟੀਆਂ ਜਿਹੜੀਆਂ ਨੇ ਉਹ ਕਹਿ ਦਿੰਦੀਆਂ ਵੀ ਮੰਮਾ ਤੁਸੀਂ ਕਿਉਂ ਇੱਦਾਂ ਕਰਦੇ ਹੋ ਡੈਡ ਤੁਸੀਂ ਇੱਦਾਂ ਕਿਉਂ ਕਰਦੇ ਹੋ ਵੀਰ ਨੂੰ ਕੁਛ ਦੇਰ ਤੱਕ ਜਦ ਤੱਕ ਉਹ ਘਰ ਦੇ ਦਾਇਰੇ 'ਚ ਨੇ ਉਹ ਮਾਂ ਪਿਓ ਦਾ ਫਿਕਰ ਸੁਣਦੀਆਂ ਪਰ ਉਸ ਤੋਂ ਬਾਅਦ ਜਿਹੜਾ ਬਿਗਰ ਇਨਫਲੂਐਂਸ ਆਫ ਦ ਵਰਲਡ ਅਰਾਊਂਡ ਦਮ ਇਜ਼ ਆਸਕਿੰਗ ਫੋਰ ਇਕੁਆਲਿਟੀ ਇਜ਼ ਆਸਕਿੰਗ ਫੋਰ ਦੈਟ ਓਕੇ ਵੈਲ ਆਈ ਡੋਂਟ ਅੰਡਰਸਟੈਂਡ ਵਾਈ ਸ਼ੁਡ ਆਈ ਬੀ ਵੇਅਰਿੰਗ ਫੁੱਲ ਸਲੀਵਸ ਆਹ ਵੀ ਸਕਿੰਨ ਹੀ ਆ ਆਹ ਵੀ ਸਕਿੰਨ ਹੀ ਆ ਕੀ ਪ੍ਰੋਬਲਮ ਆ ਮਤਲਬ ਤੁਹਾਨੂੰ ਕੁਛ ਲੱਗ ਦਿਸਦਾ ਹੈ ਸਕਿੰਨ ਇਜ਼ ਅ ਸਕਿੰਨ ਤੁਹਾਡੀ ਸਕਿੰਨ ਨੀਗੀ ਤੁਸੀਂ ਕੀ ਜਵਾਬ ਦਿਓਗੇ ਸੋ ਕੁਛ ਦੇਰ ਤੱਕ ਤਾਂ ਧੱਕਾ ਚੱਲੇਗਾ ਪਰ ਬਹੁਤੀ ਦੇਰ ਨਹੀਂ ਚੱਲਣਾ ਇਹ ਬਦਲਣਾ ਸਮਾਜ ਹੈ ਕਿਉਂਕਿ ਜੇ ਨਾ ਬਦਲਦਾ ਹੁੰਦਾ ਤਾਂ ਸਤੀ ਜਿੱਥੇ ਤੁਸੀਂ ਔਰਤ ਨੂੰ ਧੱਕੇ ਕਰਕੇ ਤੁਸੀਂ ਉੱਥੇ ਬਿਠਾ ਦਿੰਦੇ ਸੀ ਜਿਉਂਦੀ ਮਾਰ ਦਿੰਦੇ ਸੀ ਉਹਨੂੰ ਜਲਾ ਦਿੰਦੇ ਸੀ ਤਾਂ ਇੱਥੋਂ ਤੱਕ ਤੁਰ ਕੇ ਆਇਆ ਕਿਉਂ ਕਿਉਂਕਿ ਬਹੁਤ ਔਰਤਾਂ ਨੇ ਬਹੁਤ ਚੰਗੇ ਮਰਦਾਂ ਨੇ ਸਿਆਣੇ ਮਰਦਾਂ ਨੇ ਸੁਹਿਰਦ ਮਰਦਾਂ ਨੇ ਇਹ ਦੇਖਿਆ ਕਿ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡੀਆਂ ਘਰਵਾਲੀਆਂ ਦੇ ਨਾਲ ਹੀ ਬਦਕਾਰੀ ਦੇ ਨਾਲ ਸਲੂਕ ਹੋ ਰਿਹਾ ਅਤੇ ਸਾਨੂੰ ਸਟੈਪ ਲੈਣਾ ਪੈਣਾ ਇਹ ਇਕੱਲੀ ਔਰਤ ਦਾ ਕੰਮ ਨਹੀਂ ਇਕੱਲੀ ਔਰਤ ਦਾ ਕੰਮ ਇਹ ਹੈ ਕਿ ਉਹ ਆਪਣੇ ਆਪ ਪਛਾਣ ਲਏ ਵੀ ਮੈਨੂੰ ਲੋੜ ਨਹੀਂ ਕਿਸੇ ਦੀ ਵੀ ਮੈਨੂੰ ਕਿਸੇ ਦੀ ਐਕਸੈਪਟੈਂਸ ਦੀ ਲੋੜ ਨਹੀਂ ਮੈਂ ਬਹੁਤ ਗ੍ਰੇਟ ਹਾਂ ਠੀਕ ਹੈ ਰੋਟੀ ਪਾਣੀ ਖਾਣੀ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਜੇ ਨਾਲ ਮੇਰਾ ਬੰਦਾ ਖੜੋ ਮੈਂ ਤਾਂ ਹੀ ਸੋਹਣੀ ਜੱਚੂੰਗੀ ਨਹੀਂ ਯਾਰ ਇਟਸ ਓਕੇ ਯੂ ਨੋ ਕਿਉਂਕਿ ਸੋ ਉਹ ਜਿਹੜੀ ਤੁਸੀਂ ਆਪਣੇ ਆਪ ਮਨ ਦੇ ਵਿੱਚ ਆਪਣੀ ਇੱਕ ਪੂਰਨਤਾ ਜਿਹੜੀ ਜਿਉਣੀ ਚਾਹੀਦੀ ਹੈ ਕੁਦਰਤ ਨੇ ਹਰ ਜੀਅ ਨੂੰ ਸੰਪੂਰਨ ਬਣਾਇਆ ਉਹਦੀ ਜਿਹੜੀ ਇੰਟਰਡਿਪੈਂਡੈਂਸ ਜਿਹੜੀ ਹੈਗੀ ਆ ਉਹ ਦੁਨੀਆ ਨੂੰ ਅੱਗੇ ਵਧਾਉਣ ਦੇ ਲਈ ਹੈ ਉਹ ਇਸ ਕਰਕੇ ਨਹੀਂ ਕਿ ਇੱਕ ਘੱਟ ਸੀ ਜਾਂ ਵੱਧ ਸੀ ਹੈ ਨਾ ਸੋ ਤੁਸੀਂ ਭਾਵੇਂ ਐਨੀਮਲਸ ਕਿੰਗਡਮ ਦੇ ਵਿੱਚ ਦੇਖ ਲੈਂਦੇ ਹੋ ਬੱਚਾ ਪੈਦਾ ਹੋ ਗਿਆ ਉਦੋਂ ਬਾਅਦ ਯੂ ਨੋ ਭਾਵਾ ਉਹ ਸ਼ੇਰ ਨਹੀਂ ਆ ਦੇ ਆਰ ਲਿਵਿੰਗ ਇੰਡੀਪੈਂਡੈਂਟ ਲਾਈਫ ਦੇ ਡੋਂਟ ਰਿਲੀ ਹੈਵ ਅ ਪ੍ਰੋਬਲਮ ਸ਼ੇਰ ਨੂੰ ਨਾਲ ਲੈ ਕੇ ਨਹੀਂ ਘੁੰਮਦਾ ਹੈਗਾ ਜਾਂ ਸ਼ੇਰ ਨਹੀਂ ਕਹੇ ਵੀ ਓਕੇ ਸ਼ੇਰ ਜੀ ਤੁਸੀਂ ਮੇਰੇ ਨਾਲ ਨਾਲ ਤੁਰੋ ਤਾਂ ਹੀ ਮੇਰੀ ਟੌਰ ਹੈ ਸਮਝੇ ਕਿ ਨਹੀਂ ਇਹ ਆਪਣੇ ਜਿਹੜੇ ਸੀਗੇ ਕੁਛ ਔਰਤ ਕੋਲ ਜਦੋਂ ਪੈਸਾ ਨਹੀਂ ਸੀ ਪੈਸੇ ਦੇ ਨਾਲ ਉਹਨੂੰ ਪ੍ਰੋਟੈਕਸ਼ਨ ਨਹੀਂ ਸੀ ਉਸ ਤੋਂ ਜ਼ਰੂਰ ਉਹਨੂੰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਸੀ ਮੇਰੇ ਨਾਲ ਖੜਾ ਹੋਵੇ ਬੰਦਾ ਬੰਦੇ ਵਰਗਾ ਬੰਦਾ ਹੋਵੇ ਆਪਾਂ ਕਹਿ ਦਿੰਦੇ ਸੀ ਭਾਈ ਵੀ ਨਾਲ ਤੁਰਿਆ ਜਾਂਦਾ ਤਾਂ ਕੋਈ ਅੱਖ ਚੱਕ ਕੇ ਨਹੀਂ ਦਿਖਦਾ ਠੀਕ ਹੈ ਕਿ ਨਹੀਂ ਸੋ ਉਹ ਵਾਲਾ ਸਮਾਜ ਸੀ ਪਰ ਅੱਜ ਦੇ ਸਮਾਜ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਔਰਤ ਖਾਸ ਕਰਕੇ ਇਸ ਮਾਹੌਲ ਦੇ ਵਿੱਚ ਜਿਹੜੀ ਔਰਤ ਹੈ ਉਸਨੂੰ ਆਪਣਾ ਮੂਲ ਪਛਾਣਨਾ ਚਾਹੀਦਾ ਵੀ ਮੈਨੂੰ ਕਿਸੇ ਦੀ ਕਿੰਨੀ ਡਿਪੈਂਡੈਂਸ ਦੀ ਲੋੜ ਹੈ ਕਿੰਨੀ ਨਹੀਂ ਅਤੇ ਕੀ ਅਤੇ ਮੈਂ ਕੀ ਸੈਕਰੀਫਾਈਜ਼ ਕਰ ਸਕਦੀ ਹਾਂ ਫਰੀਡਮ ਦੇ ਲਈ ਤੁਹਾਨੂੰ ਸੈਕਰੀਫਾਈਜ਼ ਕਰਨਾ ਪੈਣਾ ਕੰਫਰਟ ਸੈਕਰੀਫਾਈਜ਼ ਕਰਨੇ ਪੈਣੇ ਬਟ ਇਜ਼ ਯੋਰ ਫਰੀਡਮ ਦੈਟ ਇੰਪੋਰਟੈਂਟ ਟੂ ਯੂ ਸੋ ਦ ਵੂਮਨ ਹੈਜ਼ ਟੂ ਡੂ ਦੈਟ ਪਾਰਟ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਔਰ ਹੋਣਾ ਵੀ ਇੱਦਾਂ ਹੀ ਚਾਹੀਦਾ ਹਰ ਇੱਕ ਦਾ ਮਨ ਇੱਦਾਂ ਕਰਦਾ ਮੈਂ ਓਨੈਸਟਲੀ ਕਹਿੰਦਾ ਕਿ ਬਹੁਤ ਸਾਰੇ ਮਾਪੇ ਇੱਦਾਂ ਸੋਚਦੇ ਆ ਕਿ ਉਹ ਕੁੜੀ ਮੁੰਡੇ ਨੂੰ ਬਰਾਬਰ ਰੱਖਣ ਪਰ ਨਹੀਂ ਰੱਖ ਸਕਦੇ ਬਹੁਤ ਸਾਰੇ ਉਹਦੇ ਰੀਜ਼ਨਸ ਨੇ ਹੁਣ ਜੇ ਅਸੀਂ ਇਹ ਗੱਲ ਕਰਦੇ ਹਾਂ ਵੀ ਜਾਨਵਰ ਤੋਂ ਮਨੁੱਖ ਬਣਿਆ ਉਹਨੇ ਇੱਕ ਜਿਹੜੀ ਵਿਆਹ ਦੀ ਇੰਸਟੀਟਿਊਸ਼ਨ ਸੀ ਉਹ ਆਜ਼ਾਦ ਕੀਤੀ ਜੇ ਉਹ ਵੀ ਰਹਿੰਦਾ ਤਾਂ ਫਿਰ ਸ਼ਾਇਦ ਉਹ ਜਾਨਵਰਾਂ ਦੇ ਪੱਧਰ 'ਤੇ ਰਹਿੰਦਾ ਜੇ ਇਸ ਤਰ੍ਹਾਂ ਹੁੰਦਾ ਹੁਣ ਜਦੋਂ ਉਹਨੇ ਕੁਛ ਨਿਯਮ ਬਣਾ ਲਏ ਕਿ ਮੈਂ ਆਹ ਨਿਯਮ ਮੇਰੇ ਹੋਣੇ ਆ ਇਹਨਾਂ 'ਚ ਮੈਂ ਰਹਿਣਾ ਆ ਉਹਦੇ ਅਨੁਸਾਰ ਉਹਦੇ ਕਲਚਰ ਬਣ ਗਏ ਇੱਦਾਂ ਹੀ ਇੱਕ ਸਾਡਾ ਪੰਜਾਬੀ ਸੱਭਿਆਚਾਰ ਬਣ ਗਿਆ ਹੁਣ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਕੁਛ ਜਿਹੜਾ ਪੀੜ੍ਹੀਆਂ ਦਰ ਪੀੜ੍ਹੀਆਂ ਸਾਡੇ ਕੋਲ ਚੱਲਦਾ ਆਇਆ ਜੇ ਅਸੀਂ ਇੱਦਾਂ ਕਰ ਲੈਂਦੇ ਤਾਂ ਕੀ ਇੱਦਾਂ ਨਹੀਂ ਹੋਊਗਾ ਵੀ ਅਸੀਂ ਆਪਣੇ ਕਲਚਰ ਨੂੰ ਛੱਡ ਦਿੱਤਾ ਜਾਂ ਆਪਣੇ ਸੱਭਿਆਚਾਰ ਨੂੰ ਪ੍ਰਜ਼ਰਵ ਕਰਨ ਦਾ ਫਿਰ ਕੰਸੈਪਟ ਕੀ ਹੋਇਆ ਦੋ ਸਾਹਿਬਜ਼ਾਦੇ ਹੈ ਜਦੋਂ ਠੰਡੇ ਬੁਰਜ 'ਤੇ ਬੈਠੇ ਆਪਣੇ ਦਾਦੀ ਕੋਲ ਹੈ ਨਾ ਤੁਹਾਨੂੰ ਕੀ ਲੱਗਦਾ ਕਿ ਉਸ ਵੇਲੇ ਪੰਜਾਬੀ ਔਰਤ ਕਮਜ਼ੋਰ ਸੀ ਉਹ 7 ਸਾਲ ਦਾ ਬੱਚਾ 9 ਸਾਲ ਦਾ 11 ਸਾਲ ਦੇ ਜਿਹੜੇ ਬੱਚੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਦੇ ਉਹਦੇ ਪਿਓ ਨੇ ਉਹ ਬਣਾਏ ਸੀ ਉਹ ਠੀਕ ਨਹੀਂ ਉਹਦੇ ਵਿੱਚ ਉਸ ਉਹਨਾਂ ਦੀ ਮਾਮ ਦਾ ਉਹਨਾਂ ਦੀ ਗ੍ਰੈਂਡਮਦਰ ਦਾ ਕੀ ਰੋਲ ਸੀ ਔਰਤ ਉਹ ਕਿੱਡੀ ਸਟਰੋਂਗ ਹੋਊਗੀ ਉਹ ਦੋਨੇ ਔਰਤਾਂ ਕਿੰਨੀਆਂ ਕੁ ਵੱਡੀਆਂ ਮਹਾਨ ਹੋਣਗੀਆਂ ਜਾਂ ਉਹਨਾਂ ਦੇ ਆਸੇ ਪਾਸੇ ਹੋਰ ਔਰਤਾਂ ਕਿੰਨੀਆਂ ਕੁ ਸਟਰੋਂਗ ਹੋਣੀਆਂ ਕਿ ਜਿਨ੍ਹਾਂ ਨੇ ਇੰਨੇ 9 ਸਾਲ ਦੇ ਬੱਚੇ ਨੂੰ ਇਹ ਕਹਿਤਾ ਵੀ ਤੇਰੀ ਜਾਨ ਜਾਂਦੀ ਇੱਥੇ ਅੱਜ ਸਾਡੇ ਇੱਥੇ ਮਾੜਾ ਜਿਹਾ ਵੱਜ ਜੇ ਮੇਰੇ ਵਰਗਾ ਸੀਸੀ ਕਰਦਾ 7 ਸਾਲ ਦੇ ਬੱਚੇ ਨੂੰ 9 ਸਾਲ ਦੇ ਬੱਚੇ ਨੂੰ ਇਹ ਦੱਸ ਦਿੱਤਾ ਕਿ ਤੂੰ ਮਰ ਜਾਣਾ ਅਤੇ ਜੇ ਔਰਤ ਇਹ ਕਰ ਸਕਦੀ ਹੈ ਜੇ ਇਹ ਕਲਚਰ ਸੀ ਔਰਤ ਦਾ ਅਤੇ ਜੇ ਮਰਦ ਉਹਦੇ ਆਸੇ ਪਾਸੇ ਜਿਹੜੇ ਸੀ ਉਸਨੂੰ ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਦੇ ਵਿੱਚ ਉਸਦੀ ਉਹ ਪੋਟੈਂਸ਼ੀਅਲ ਨਹੀਂ ਸੀ ਜਾਂ ਉਹਨਾਂ ਦੀ ਉਹ ਉਸ ਵਕਤ ਇੱਜ਼ਤ ਮਾਣ ਨਹੀਂ ਸੀ ਆਪਾਂ ਕਮਲੇ ਬੰਦੇ ਹਾਂ ਉਦੋਂ ਬਾਅਦ ਜਿਹੜਾ ਸੀ ਆਪਾਂ ਔਰਤ ਦਾ ਦਾਇਰੇ ਨੂੰ ਛੋਟਾ ਕਰ ਦਿੱਤਾ
ਰਾਈਟ ਉਸਨੂੰ ਦਾਇਰੇ ਨੇ ਛੋਟਾ ਕਰ ਦਿੱਤਾ, ਆਪਾਂ ਉਸਨੂੰ ਹੋਰ ਨਿੱਕੀਆਂ 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 ਕਰ ਦਿੱਤਾ। ਪਰ ਉਹ ਔਰਤ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਪੁੱਛਦੇ ਆ ਉਹ ਕਿ ਵੀ ਔਰਤ ਦਾ ਕੀ ਹੈ ਨਾ, ਤਾਂ ਉਹ ਅਖੀਰ ਦੇ ਵਿੱਚ ਆਪਾਂ ਇੱਕੋ ਲਾਈਨ ਜਿਹੜੀ ਕਹਿ ਦਿੰਦੇ ਹਾਂ, ਉਹ ਸੋਕਮੰਦਾ ਆਖੀ ਹੈ ਨਾ। ਪਰ ਉਹ ਗੱਲ ਸ਼ੁਰੂਆਤ ਕਿਤੋਂ ਹੋਰ ਹੁੰਦੀ ਹੈ ਨਾ, ਉਹਨੂੰ ਕਹਿ ਦਿੰਦੇ ਵੀ ਇਹ ਔਰਤ ਦਾ ਕੀ ਆ, ਉਹ ਕਹਿੰਦੇ ਵੀ ਹਾਂ ਠੀਕ ਹੈ, ਪਰ ਜਿਹੜੇ ਬੰਦੇ ਨੂੰ ਤੁਸੀਂ ਐਡਾ ਮਹਾਨ ਕਹਿ ਰਹੇ ਹੋ, ਕਹਿੰਦੇ ਬੰਦੇ ਬੜੇ ਵੱਡੇ ਆ। ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਜਵਾਬ ਹੀ ਦਿੱਤਾ ਸੀ ਵੀ ਜਿਸ ਬੰਦੇ ਨੂੰ ਤੁਸੀਂ ਗ੍ਰੇਟ ਦੱਸ ਰਹੇ ਹੋ ਉਸ ਬੰਦੇ ਨੂੰ ਕਿਹਨੇ ਜੰਮਿਆ। ਆਪਾਂ ਇਕੱਲੀ ਉਸ ਲਾਈਨ ਨੂੰ ਗੱਲ ਕਰ ਲੈਂਦੇ ਹਾਂ, ਪਰ ਉਹ ਕਿਸ ਤਰ੍ਹਾਂ ਡਾਇਲੋਗ ਚੱਲਿਆ ਸੀਗਾ ਵੀ ਬੰਦੇ ਮਹਾਨ ਆ। ਉਹ ਕਹਿੰਦੇ ਨੇ ਬੰਦੇ ਮਹਾਨ ਤੋਂ ਪਹਿਲਾਂ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੀ ਹਾਂ ਕਿ ਸਾਹਿਬਜ਼ਾਦਿਆਂ ਦੇ ਕਿਰਦਾਰ ਨੂੰ ਖੜਾ ਕਰਨਾ, ਗੁਰੂ ਪਾਤਸ਼ਾਹ ਨੂੰ ਐਡੀ ਹਿੰਮਤ ਦੇਣੀ ਕਿ ਤੁਸੀਂ ਜਾਓ ਚਾਰ ਬੱਚੇ ਵਾਰ ਦਿਓ, ਉਹ ਤੁਹਾਨੂੰ ਕੀ ਲੱਗਦਾ ਵੀ ਔਰਤ ਦਾ ਉਹਦੇ 'ਚ ਰੋਲ ਨਹੀਂ ਸੀਗਾ? ਕਿੱਡਾ ਵੱਡਾ ਰੋਲ ਸੀ ਉਹ ਆਪਣੇ ਗੁਰੂ ਗੋਬਿੰਦ ਪਾਤਸ਼ਾਹ ਜੀ ਸੀ, ਕਿੰਨੀ ਛੋਟੀ ਉਮਰ ਸੀ ਜਦੋਂ ਆਪਣੇ ਉਹਨਾਂ ਦੇ ਫਾਦਰ ਸਾਹਿਬ ਸ਼ਹੀਦ ਹੋ ਗਏ ਸੀ, ਉਹਨਾਂ ਨੂੰ ਕਿਹਨਾਂ ਨੇ ਪਾਲਿਆ, ਕਿਸ ਨੇ ਉਸ ਨੂੰ ਸ਼ੇਰ ਵਾਂਗੂ ਬਣਾਇਆ, ਕਿਸ ਨੇ ਉਹਨੂੰ ਇਹ ਕਿਹਾ ਵੀ ਨਹੀਂ ਨਹੀਂ ਤੂੰ ਚੁੱਪ ਕਰਕੇ ਇਹ ਨਹੀਂ ਆਪਣੇ ਘਰ 'ਚ ਰਹਿ ਵੀ ਤੇਰਾ ਪਿਓ ਤਾਂ ਚਲਿਆ ਗਿਆ, ਹੁਣ ਮੈਂ ਤੈਨੂੰ ਬਚਾ ਲਾਂ, ਮੈਂ ਅੱਗੇ ਪੀੜ੍ਹੀ ਚਲਾਉਣੀ ਆ। ਉਹ ਔਰਤ ਦਾ ਜਿਹਦਾ ਖਾਵੰਦ ਚਲਿਆ ਗਿਆ, ਉਸ ਨੇ ਆਪਣੇ ਬੇਟੇ ਨੂੰ ਕਿਸ ਮਾਹੌਲ ਦੇ ਵਿੱਚ ਪਾਲਿਆ, ਉਸਨੂੰ ਸ਼ੇਰ ਬਣਾਇਆ, ਉਸਨੂੰ ਐਡਾ ਕੁ ਵੱਡੀ ਉਹਨੂੰ ਇੰਨੀ ਕੁ ਨੌਲੇਜ ਦਿੱਤੀ ਕਿ ਬੱਚਿਆ ਜ਼ਿੰਦਗੀ ਮਰਨਾ ਤਾਂ ਸਭ ਨੇ ਹੀ ਹੈ, ਪਰ ਤੂੰ ਇਉਂ ਮਰ ਕਿ ਤੈਨੂੰ ਇਹ ਪਤਾ ਲੱਗੇ ਕਿ ਤੁਸੀਂ ਦਸਾਂ ਬੰਦਿਆਂ ਦੀ ਹੋਰ ਜ਼ਿੰਦਗੀ ਜਿਹੜੀ ਹੈ ਤੂੰ ਕੋਈ ਉਹਨਾਂ ਦੇ ਲਈ ਰਾਹ ਖਾਲੀ ਕਰਕੇ ਛੱਡ। ਉਹ ਔਰਤ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਸੋ ਉਸ ਕੰਟਰੀਬਿਊਸ਼ਨ ਨੂੰ ਜੇ ਅੱਜ ਔਰਤ ਭੁੱਲੂਗੀ ਤਾਂ ਜਾਂ ਮਰਦ ਭੁੱਲੂਗਾ, ਇਹ ਗਲਤੀ ਦੀ ਗੱਲ ਹੈ। ਜੇ ਤੁਸੀਂ ਇੱਕ ਸ਼ਰਾਬ ਤੱਕ ਅਤੇ ਇੱਕ ਬੋਏਫ੍ਰੈਂਡ ਗਰਲਫ੍ਰੈਂਡ ਤੱਕ ਰਹਿੰਦਿਆਂ ਹੀ ਤੁਸੀਂ ਔਰਤ ਅਤੇ ਮਰਦ ਨੂੰ ਤੁਸੀਂ ਸਾਂਭਣਾ ਹੈ ਤਾਂ ਦੈਨ ਉਹ ਬਹੁਤ ਕਮੀ ਦੀ ਗੱਲ ਹੈ। ਅੱਜ ਮਾਪਿਆਂ ਦੇ ਘਰੇ ਜਿਹੜੀ ਗੱਲ ਹੋਣੀ ਚਾਹੀਦੀ ਆ, ਔਰਤ ਨੂੰ ਬਰਾਬਰ ਦਾ ਐਕਸਪੀਰੀਅੰਸਿਸ ਹੋਣੇ ਚਾਹੀਦੇ ਆ, ਉਸਨੂੰ ਜਿਹੜਾ ਪੋਟੈਂਸ਼ ਮੁੰਡੇ ਨੂੰ ਵੀ ਤੁਸੀਂ ਉਸ ਤਰ੍ਹਾਂ ਦੇ ਵੈਲਿਊਜ਼ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਜਦੋਂ ਉਹ ਅੱਗੇ ਜ਼ਿੰਦਗੀ 'ਚ ਜਾਣ ਤਾਂ ਉਹ ਇਸ ਜ਼ਿੰਦਗੀ ਦਾ ਪਰਪਸ ਸਮਝ ਸਕਣ ਵੀ ਆਪਾਂ ਕਰਨਾ ਕੀ ਹੈ। ਹੱਥੋਂ ਹੁਣ ਮੈਂ ਦੇਖਦੀ ਹਾਂ ਵੀ ਆਪਣਾ ਫੇਸਬੁੱਕ 'ਤੇ ਰੋਜ਼ ਕੋਈ ਨਾ ਕੋਈ ਮੇਰੇ ਮਾਤਾ ਜੀ ਪੂਰੇ ਹੋ ਗਏ, ਮੇਰੇ ਫਾਦਰ ਸਾਹਿਬ, ਹੁਣ ਪਤਾ ਨਹੀਂ ਸ਼ਾਇਦ ਮੇਰੀ ਏਜ ਉਹੋ ਜਿਹੀ ਹੈ ਕਿ ਜਿਹੜੇ ਮੇਰੇ ਨਾਲ ਦੇ ਦੋਸਤ ਨੇ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਵਾਰੀ ਵਾਰੀ ਕਰਕੇ ਉਹ ਉੱਥੋਂ, ਤਾਂ ਮੈਨੂੰ ਇਹ ਲੱਗਦਾ ਕਿ ਜਿਹੜੀ ਇੱਕ ਬਹੁਤ ਵੱਡੀ ਥਾਂ ਆਪਣੇ ਬਜ਼ੁਰਗਾਂ ਨੇ ਰੱਖੀ ਹੋਈ ਸੀ, ਜਿੱਦਾਂ ਹੁਣ ਜਸਵੰਤ ਸਿੰਘ ਕੰਵਰ ਜਿਹੜੇ ਨਾ ਜਲਦੀ ਹੁਣੇ ਪੂਰੇ ਹੋਏ, ਪਰ ਉਹਨਾਂ ਦਾ ਕਿੱਡਾ ਵੱਡਾ ਕਿਰਦਾਰ ਹੈ ਕਿ ਉਹ ਅਖੀਰਲੇ ਸਾਹ ਦੇ ਵਿੱਚ ਉਹ ਪੰਜਾਬ 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 ਕਰ ਰਹੇ ਆ, ਠੀਕ ਹੈ ਜੀ। ਸੋ ਉਹ ਬਜ਼ੁਰਗ ਚਲੇ ਗਏ ਤਾਂ ਹੁਣ ਉਹਨਾਂ ਦੀ ਥਾਂ ਕਿਹਨਾਂ ਨੇ ਲੈਣੀ ਆ? ਉਹਨਾਂ ਦੀ ਥਾਂ ਤੁਹਾਨੂੰ ਮੇਰੇ ਅੱਗੇ ਨੂੰ ਲੈਣੀ ਪੈਣੀ ਹੈ, ਤਾਂ ਕਿ ਜਿਹੜੇ ਆਪਣੇ ਬੱਚੇ ਆ ਉਹ ਆਪਣੇ ਕੰਨੀ ਦੇਖ ਸਕਣ ਕਿ ਇੱਕ ਤੁਸੀਂ ਇੱਕ ਦਾਇਰਾ ਜਿਹੜਾ ਆਜ਼ਾਦੀ ਦਾ ਹੈ, ਸਿਰਫ ਇਹ ਨਹੀਂ ਹੈ ਕਿ ਤੁਸੀਂ ਆਪਣਾ ਜਾ ਕੇ ਸਕੂਲ ਜਾ ਕੇ ਤੁਸੀਂ ਜੋਬ ਕਰ ਲਈ, ਜੋਬ ਜਾਣ ਤੋਂ ਬਾਅਦ ਤੁਹਾਡੇ ਫਾਈਨੈਂਸ਼ਲੀ ਗੁੱਡ ਹੋ ਗਏ, ਹੁਣ ਤੁਸੀਂ ਵਕੇਸ਼ਨ ਜਾਇਆ, ਹੁਣ ਤੁਸੀਂ ਸੋਹਣੀ ਕਾਰ ਲੈ ਲਓ। ਇੱਕੀ ਆਜ਼ਾਦੀ ਦਾ ਜਿਹੜਾ ਦਾਇਰਾ ਆਪਾਂ ਦੇਣਾ, ਭਾਵਾਂ ਕੁੜੀ ਹੋਵੇ ਮੁੰਡਾ ਹੋਵੇ, ਕੀ ਆਜ਼ਾਦੀ ਦਾ ਦਾਇਰਾ ਆਪਾਂ ਇੰਨਾ ਹੀ ਦੇਣਾ ਕਿ ਜਾਂ ਇਸ ਤੋਂ ਵੱਡਾ ਦਾਇਰਾ ਜਿਹੜਾ ਧਰਮ ਨੇ ਦੱਸਿਆ ਆਪਾਂ ਨੂੰ, ਐਕਚੁਅਲੀ ਧਰਮ ਨੇ ਦੱਸਿਆ, ਆਪਾਂ ਉਸ ਦਾਇਰੇ ਤੱਕ ਲੈ ਕੇ ਜਾਣਾ ਬੱਚਿਆਂ ਨੂੰ। ਜੇ ਆਪਾਂ ਉਸ ਦਾਇਰੇ ਤੱਕ ਲੈ ਕੇ ਜਾਵਾਂਗੇ ਤਾਂ ਔਰਤ ਅਤੇ ਮਰਦ ਦੇ ਵਿੱਚ ਫਰਕ ਨਹੀਂ ਹੋਊਗਾ। ਜੇ ਆਪਾਂ ਉਸ ਤੋਂ ਛੋਟੇ ਦਾਇਰੇ ਤੱਕ ਰੱਖਾਂਗੇ, ਜਿਹੜੀਆਂ ਛੋਟੀਆਂ ਮੋਟੀਆਂ ਮੇਰੀਆਂ ਇੱਜ਼ਤਾਂ ਜਿਹੜੀਆਂ, ਤਾਂ ਫਿਰ ਉਹ ਗੁਰੂ ਮਹਾਰਾਜ ਨੇ ਜਦੋਂ ਵੀ ਜਿੰਨੀਆਂ ਲੜਾਈਆਂ ਹੋਈਆਂ ਹੁਣ ਤੱਕ, ਸਿੱਖ ਦਾ ਇਤਿਹਾਸ ਹੈ ਕਿ ਕਦੇ ਵੀ ਔਰਤ 'ਤੇ ਅਤੇ ਬੱਚੇ 'ਤੇ ਉਹਨਾਂ ਨੇ ਅਟੈਕ ਨਹੀਂ ਕੀਤਾ। ਬਾਕੀ ਸਾਰੇ ਜਿਹੜੇ ਧਾੜਵੀ ਆਏ ਆ ਤਾਂ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਅਟੈਕ ਔਰਤ 'ਤੇ ਕੀਤਾ ਉਹ ਇਸ ਕਰਕੇ ਕੀਤਾ, ਇਹ ਨਹੀਂ ਕਿ ਕਮਜ਼ੋਰ ਹੈ ਉਹ ਇਸ ਕਰਕੇ ਹੈ ਕਿ ਜਿਹੜੀ ਅਸੀਂ ਅਗਲੀ ਜਨਰੇਸ਼ਨ ਹੈ ਇਹਨਾਂ ਦੀ, ਜੇ ਹਿੰਦੂ ਹੈ ਤਾਂ ਉਹਨਾਂ ਨੇ ਮੁਸਲਮਾਨ ਜਿਹੜੇ ਆਏ ਉਹਨਾਂ ਨੇ ਇਸ ਕਰਕੇ ਕੀਤਾ ਵੀ ਇਹ ਨਹੀਂ ਵੀ ਸੋਹਣੀ ਹੈ ਵਿਚਾਰੀ ਮਲੂਕ ਹੈ ਇਹਦੇ 'ਤੇ ਅੱਤਿਆਚਾਰ ਕਰੋ ਆਹ ਕਰੋ ਆਹ ਨਹੀਂ, ਉਹਨਾਂ ਦਾ ਵੱਡਾ ਮਕਸਦ ਇਹ ਸੀ ਕਿ ਜਿਹੜਾ ਇਹਦਾ ਬੱਚਾ ਆ ਉਹ ਵੀ ਮੁਸਲਮਾਨ ਹੋਊਗਾ। ਸੋ ਤੁਸੀਂ ਇੱਕ ਨਵੀਂ ਇੱਕ ਪੂਰੀ ਦੀ ਪੂਰੀ ਅਗਲੀ ਜਨਰੇਸ਼ਨ ਨੂੰ ਡਿਸਟਰੋਏ ਕਰਨ ਦੇ ਲਈ, ਜਾਂ ਤੁਸੀਂ ਉਸ ਜਨਰੇਸ਼ਨ ਨੂੰ ਆਪਣੇ ਵਰਗਾ ਬਣਾਉਣ ਦੇ ਲਈ, ਜਾਂ ਇੱਕ ਦੂਰਦਰਸ਼ੀ ਹੋ ਕੇ ਤੁਸੀਂ ਇੱਕ ਥਾਂ ਨੂੰ ਪੂਰੇ ਨੂੰ ਕੰਟਰੋਲ ਕਰਨ ਦੇ ਲਈ ਔਰਤ ਨੂੰ ਉਸ ਤਰ੍ਹਾਂ ਯੂਟੀਲਾਈਜ਼ ਕੀਤਾ ਗਿਆ। ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ, ਰਾਜਨੀਤੀ ਦੀ ਗੱਲ ਕਰਦੇ ਹੋ, ਜੇ ਸਿੱਖਾਂ ਦੀ ਤੁਸੀਂ ਗੱਲ ਕਰਦੇ ਹੋ, ਤਾਂ ਤੁਸੀਂ ਆਪਾਂ ਜੇ ਅਸਲੀ ਸਿੱਖ ਬਣਨਾ ਆ ਤਾਂ ਉਹੋ ਜਿਹੀ ਰਾਜਨੀਤੀ ਕਰੋ, ਤੁਸੀਂ ਉਹ ਜੀ ਧਰਮ ਕਰੋ ਜਿਸ ਦੇ ਵਿੱਚ ਇਹ ਵੈਲਿਊ ਸੀਗਾ ਕਿ ਤੁਸੀਂ ਕਿਸੇ ਦੀ ਔਰਤ ਦੇ ਤੁਸੀਂ ਭਾਵਾਂ ਜਿੰਨੀ ਮਰਜ਼ੀ ਉਹਦੇ ਖਾਵੰਦ ਨੇ ਜਿੰਨਾ ਮਰਜ਼ੀ ਤੁਹਾਡੇ ਨਾਲ ਧੋਖਾ ਕੀਤਾ ਹੋਵੇ, ਮਾੜਾ ਕੀਤਾ, ਤੁਹਾਡੇ ਮਾੜੇ ਵੀ ਹੈ, ਤਾਂ ਉਹਨਾਂ ਨੇ ਉਹਨਾਂ ਦੀ ਹਾਂ ਠੀਕ ਹੈ ਮਰਦਾਂ ਨੂੰ ਪੂਰੀ ਦੀ ਪੂਰੀ ਜਿਹੜੀ ਉਹਨਾਂ ਦੇ ਨਾਲ ਸੀ ਬਰਾਬਰ ਦਾ ਉਹ ਕੀਤਾ, ਪਰ ਕਿਸੇ ਔਰਤ 'ਤੇ ਉਹਦਾ ਬਲਾਤਕਾਰ ਨਹੀਂ ਹੋਇਆ, ਕਿਸੇ ਦੇ ਬੱਚੇ ਨੂੰ ਤੁਸੀਂ ਕਿਤੇ ਹਿਸਟਰੀ 'ਚ ਨਹੀਂ ਪੜ੍ਹ ਸਕਦੇ। ਸੋ ਜੇ ਆਪਾਂ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਬਹੁਤ ਵੱਡੇ ਕੋਨਸੈਪਟ 'ਤੇ ਜਾ ਕੇ ਔਰਤ ਨੂੰ ਪਛਾਣਨਾ ਪੈਣਾ, ਉਹਦੀ ਥਾਂ ਉਹਦੀ ਐਕਸਪੈਕਟੇਸ਼ਨ ਜੇ ਤੁਸੀਂ ਇੱਥੇ ਰੱਖੋਗੇ ਤਾਂ ਹੀ ਪਹੁੰਚੂਗੀ। ਜੇ ਐਕਸਪੈਕਟੇਸ਼ਨ ਇੰਨੀ ਹੈ ਕਿ ਕੀ ਉਹ ਕਾਰ ਚਲਾ ਸਕਦੀ ਹੈ, ਕੀ ਉਹ ਰਾਤ ਨੂੰ ਕੰਮ ਕਰ ਸਕਦੀ ਹੈ, ਕੀ ਉਹ ਇਹਨੂੰ ਨਿੱਕੀਆਂ ਨਿੱਕੀਆਂ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਕਿ ਉਸ ਦੇ ਵਿੱਚ ਆਪਾਂ ਦਿਮਾਗ ਦੇ ਵਿੱਚ ਰਹਾਂਗੇ ਤਾਂ ਆਪਣੀਆਂ ਜਿਹੜੇ ਐਕਸ਼ਨਸ ਵੀ ਹੋਣਗੇ ਉਹ ਛੋਟੇ ਹੋਣਗੇ।
ਸੋ ਵੱਡੇ ਕੋਨਸੈਪਟ ਆਪਾਂ ਨੂੰ ਬਹੁਤ ਵੱਡੇ ਲੈਵਲ 'ਤੇ ਆਪਣੇ ਆਪ ਨੂੰ ਕੁਐਸਚਨਸ ਕਰਨੇ ਚਾਹੀਦੇ ਆ ਵੀ ਕੀ ਸੱਚੀ ਜਿੱਥੇ ਗੁਰਦੁਆਰਾ ਸਾਹਿਬ ਜਾ ਕੇ ਮੈਂ ਮੱਥਾ ਟੇਕਦਾ ਸਰਬੱਤ ਦਾ ਭਲਾ ਮੰਨਦਾ, ਸਰਬੱਤ ਦੇ ਵਿੱਚ ਮੇਰੀ ਘਰਵਾਲੀ ਵੀ ਆਉਂਦੀ ਹੈ, ਮੇਰੀ ਕੁੜੀ ਵੀ ਆਉਂਦੀ ਹੈ ਸਰਬੱਤ ਦੇ ਵਿੱਚ, ਕੀ ਮੈਂ ਉਹਦਾ ਭਲਾ ਕਰ ਰਿਹਾ, ਕੀ ਮੈਂ ਉਹਨੂੰ ਇੰਨੀ ਸਟਰੋਂਗ ਉਸਨੂੰ ਇੰਨੀ ਉਹਨੂੰ ਆਜ਼ਾਦੀ ਦੇ ਰਿਹਾ ਡਿੱਗਣ ਦੀ, ਉਹਨੂੰ ਮੈਂ ਆਜ਼ਾਦੀ ਦੇ ਰਿਹਾ ਫੇਲ ਹੋਣ ਦੀ, ਜੇ ਉਹ ਕਹਿੰਦੀ ਹੈ ਮੈਂ ਐਕਟਿੰਗ ਕਰਨੀ ਹੈ, ਸਪੋਜ਼ ਕਰ ਲਓ ਤੁਸੀਂ ਉਹਨੂੰ ਆਜ਼ਾਦੀ ਦੇ ਰਹੇ ਵੀ ਤੂੰ ਜਾ ਉੱਥੇ ਜਾ ਕੇ ਬੱਚੀ ਫੇਲ ਹੋ ਜਾ, ਨਹੀਂ ਨਹੀਂ ਤੂੰ ਡਾਕਟਰ ਹੀ ਬਣਨਾ, ਨਹੀਂ ਤੁਸੀਂ ਆਹ ਕਰਨਾ, ਵਟ ਐਵਰ ਦਾ ਪ੍ਰੋਫੈਸ਼ਨ ਬੀ, ਆਮ ਜਸਟ ਸੇਇੰਗ ਦੈਟ ਇਟ ਟੇਕਸ ਲੋਟ ਆਫ ਗਟਸ ਫੋਰ ਅ ਮਦਰ ਐਂਡ ਫਾਦਰ ਟੂ ਅਲਾਓ ਦੇਅਰ ਡਾਟਰ ਟੂ ਫੇਲ। ਸਭ ਤੋਂ ਵੱਡੀ ਗੱਲ ਜੇ ਮੈਂ ਇੱਕ ਵੀ ਗੱਲ ਜਿਸ ਕਹਾਂ ਵੀ ਇੱਕ ਗੱਲ ਮੈਂ ਕਹਾਂ ਵੀ ਅੱਜ ਇੱਕ ਗੱਲ ਮਾਪੇ ਕਰ ਸਕਣ ਆਪਣੇ ਬੇਟੀਆਂ ਨੂੰ ਫੇਲ ਹੋਣ ਦਿਓ, ਜੇ ਉਹ ਫੇਲ ਇਹਦਾ ਮਤਲਬ ਹੈ ਕਿ ਉਹ ਟਰਾਈ ਕਰਦੀਆਂ ਤਾਂ ਹੀ ਫੇਲ ਹੋਣਗੀਆਂ, ਜੇ ਉਹ ਫੇਲ ਹੋਣਗੀਆਂ ਤਾਂ ਹੀ ਇਵੈਂਚੁਅਲੀ ਕਿਤੇ ਉਹ ਪਾਸ ਹੋਣਗੀਆਂ। ਜੇ ਤੁਸੀਂ ਐਗਜ਼ਾਮਸ ਦੇ ਵਿੱਚ ਉਹਨਾਂ ਨੂੰ ਬਿਠਾਉਣਾ ਹੀ ਨਹੀਂ ਤਾਂ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਉਹ ਸਹੀ ਆਪਣਾ ਲਾਈਫ ਪਾਰਟਨਰ ਲੱਭ ਲੈਣਗੀਆਂ, ਸਹੀ ਉਹ ਪ੍ਰੋਫੈਸ਼ਨ ਲੱਭ ਲੈਣਗੀਆਂ, ਕਿਸ ਤਰ੍ਹਾਂ ਕਿੱਥੇ ਉਹਨਾਂ ਨੇ ਘਰ ਲੈਣਾ। ਤੁਸੀਂ ਬੱਚਿਆਂ ਦੀ ਖੁਸ਼ੀ ਜਿਹੜੀ ਆਪਾਂ ਬਹੁਤ ਛੋਟੇ ਦਾਇਰੇ ਦੇ ਵਿੱਚ ਬੰਨੀ ਹੈ, ਬੱਚਿਆਂ ਦੀ ਖੁਸ਼ੀ ਨੂੰ ਵੱਡਾ ਕਰਨ ਦੇ ਲਈ ਆਪਾਂ ਨੂੰ ਉਹਨਾਂ ਨੂੰ ਦੱਸਣਾ ਪਹਿਲਾਂ ਪੈਣਾ ਵੀ ਹੂ ਯੂ ਆਰ ਐਂਡ ਵਟ ਕੈਨ ਯੂ ਡਰੀਮ ਫੋਰ, ਕਿੱਡਾ ਵੱਡਾ ਅੰਬਰ ਤੁਹਾਡੇ ਲਈ ਖੁੱਲ੍ਹਾ ਹੈ। ਜੀ ਮੀਰਾ ਜੀ, ਆਖਰੀ ਸਵਾਲ, ਇਹ ਸਾਰੀ ਗੱਲ ਤੁਸੀਂ ਕਿ ਵੱਡੇ ਪ੍ਰੋਸਪੈਕਟ ਦੇ ਵਿੱਚ ਸਾਨੂੰ ਦੇਖਣੀ ਚਾਹੀਦੀ ਆ ਔਰਤ ਦੀ ਆਜ਼ਾਦੀ, ਜੇ ਤੁਸੀਂ ਵੱਡੇ ਤੌਰ 'ਤੇ ਦੇਖਦੇ ਹੋ ਕੋਈ ਵੀ ਜਿਹੜਾ ਸਾਡੇ ਕੋਲ ਸਮਾਂ ਆ ਭਾਰਤੀ ਸੰਸਕ੍ਰਿਤੀ ਦੇ ਵਿੱਚ ਚਾਹੇ ਪੰਜਾਬੀ ਸੱਭਿਆਚਾਰ ਆ, ਉਹ ਇੱਕ ਪੈਟਰੀਆਰਕੀ ਆ ਜਿਹੜਾ ਪਿੱਤਰ ਸੱਤਾ ਉੱਥੇ ਪ੍ਰਧਾਨ ਆ, ਮੈਟਰੀਆਰਕੀ ਬਹੁਤ ਘੱਟ ਕਲਚਰ ਦੇ ਵਿੱਚ ਹੋਊਗੀ ਜਿੱਥੇ ਔਰਤ ਡੋਮੀਨੇਟ ਕਰਦੀ ਹੈ, ਕੀ ਇਹਨੂੰ ਉਲਟਾ ਦੇਣਾ ਚਾਹੀਦਾ ਵੀ ਵਿਆਹ ਕਰਕੇ ਔਰਤ ਜਿਹੜੀ ਉਹ ਮਰਦ ਦੇ ਘਰ ਜਾ ਰਹੀ ਹੈ, ਮਰਦ ਦੇ ਨਾਲ ਜਿਹੜਾ ਉਹ ਸਾਰਾ ਕੁਛ ਚੱਲ ਰਿਹਾ, ਕਲਚਰ ਨੂੰ ਬਦਲ ਦੇਣਾ ਚਾਹੀਦਾ? ਅੱਜ ਮੈਨੂੰ ਨਹੀਂ ਲੱਗਦਾ, ਐਕਚੁਲੀ ਬਹੁਤੇ ਘਰਾਂ ਦੇ ਵਿੱਚ ਜਿਹੜੇ ਬੱਚਿਆਂ ਦਾ ਵਿਆਹ ਹੋ ਰਿਹਾ ਨਾ, ਬਹੁਤ ਘੱਟ ਨੇ ਜਿਹੜੇ ਕਿਤੇ ਕਿਸੇ ਦੇ ਨਾਲ ਰਹਿਣੇ, ਦੇ ਵੁੱਡ ਟ੍ਰਾਈ ਟੂ ਬੀ ਲਿਵਿੰਗ ਇੰਡੀਪੈਂਡੈਂਟ, ਹੈ ਨਾ, ਅਤੇ ਉਹ ਆਪਣਾ ਇੱਕ ਨਵਾਂ ਸੰਸਾਰ ਬਣਾ ਰਹੇ ਆ। ਮੈਂ ਬਹੁਤ ਆਸਵੰਦ ਹਾਂ ਆਪਣੇ ਬੱਚਿਆਂ ਤੋਂ, ਮੈਂ ਬਹੁਤ ਆਸਵੰਦ ਹਾਂ। ਹਾਂ, ਕੁਛ ਗੱਲਾਂ ਮੈਨੂੰ ਨਹੀਂ ਪਸੰਦ ਉਹਨਾਂ ਦੀ, ਕਿਉਂਕਿ ਅੱਜ ਆਪਣਾ ਯੂਥ ਜਿੰਨਾ ਹੈ, ਜੇ ਤੁਸੀਂ ਮੈਂ ਓਵਰਆਲ ਦੇਖਦੀ ਹਾਂ, ਲੈਟ ਇਟ ਬੀ ਅਮੈਰੀਕਾ ਔਰ ਇੰਡੀਆ ਔਰ ਈਵਨ ਦਿੱਲੀ, ਤੁਸੀਂ ਉੱਥੇ ਸਟੂਡੈਂਟਸ ਜਿਹੜੀ ਰੈਵੋਲਿਊਸ਼ਨ ਰਨ ਹੋ ਰਹੀ ਹੈ, ਐਕਚੁਅਲੀ ਇਟ ਵਾਜ਼ ਲੈਡ ਬਾਏ ਵੋਮੈਨ ਦਿੱਲੀ ਦੇ ਵਿੱਚ ਜਿਹੜੀ ਸੀ, ਹੈ ਨਾ, ਅਤੇ ਪਰ ਪੰਜਾਬ ਦੇ ਵਿੱਚ ਕੋਈ ਹਲਚਲ ਨਹੀਂ ਹੋਈ ਉਨੀ, ਬਹੁਤ ਥੋੜ੍ਹੀ ਥੋੜ੍ਹੀ ਗੱਲ ਹੋਈ। ਮੈਨੂੰ ਬਹੁਤ ਦੁੱਖ ਲੱਗਿਆ ਵੀ ਪੰਜਾਬ ਦੇ ਵਿੱਚ ਕਿਉਂ ਗੱਲਬਾਤ ਨਹੀਂ ਹੋਈ ਯੂਥ ਦੇ ਵਿੱਚ। ਇੱਥੇ ਜੇ ਆਪਾਂ ਗੱਲ ਕਰੀਏ, ਤੁਸੀਂ ਇੱਥੇ ਉਹ ਗ੍ਰੈਟਾ ਸ਼ੀ ਖੇਮ, ਕਿੰਨੇ ਕੁ ਪੰਜਾਬੀ ਬੱਚੇ ਸੀ ਜਿਹੜੇ ਇਨਵੋਲਵ ਸੀਗੇ ਕਿ ਅਸੀਂ ਇਨਵਾਇਰਮੈਂਟ ਦੇ ਵਿੱਚ ਦੇਖੀਏ ਵੀ ਅਸੀਂ ਜਾਣਾ ਪਰ ਸੋ ਮੈਨੂੰ ਉਸ ਗੱਲ ਦਾ ਥੋੜ੍ਹਾ ਗਿਲਾ ਹੈ ਆਪਣੇ ਯੂਥ ਦੇ ਵਿੱਚ, ਪਰ ਮੈਨੂੰ ਪਹਿਲਾਂ ਦੇ ਨਾਲੋਂ ਇੰਨੀ ਕੁ ਆਪਟੀਮਿਸਟਿਕ ਮੈਂ ਹਾਂ ਕਿ ਜਿਹੜੇ ਇੱਥੋਂ ਦੇ ਬੱਚੇ ਆ, ਘੱਟੋ ਘੱਟ ਰਿਸ਼ਤੇ ਉਹ ਬਰਾਬਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਸਟਰਗਲ ਹੁੰਦੀ ਹੈ ਕਿਉਂਕਿ ਹਜੇ ਵੀ ਜਿਹੜੇ ਬੇਟਾ ਆ, ਉਹਨਾਂ ਨੇ ਮਾਂ ਪਿਓ ਨੂੰ ਪੁੱਛਣਾ ਆ ਵੀ ਇੱਦਾਂ ਕਰ ਲਾਂ ਕਿ ਨਾ ਕਰ ਲਾਂ, ਅਤੇ ਜੇ ਕੋਈ ਸਟਰੋਂਗ ਔਰਤ ਦੇ ਨਾਲ ਉਹਨਾਂ ਦਾ ਵਿਆਹ ਹੋ ਜਾਂਦਾ ਤਾਂ ਬੱਚਾ ਅਜੇ ਵੀ ਹੁੰਦਾ ਵੀ ਮੈਂ ਕਿੱਦਾਂ ਡੀਲ ਕਰਾਂ ਉਸਨੂੰ, ਅਤੇ ਕਿਉਂਕਿ ਮੇਰੇ ਫਾਦਰ ਨੇ ਤਾਂ ਮੇਰੀ ਮਦਰ ਨੂੰ ਇੱਦਾਂ ਡੀਲ ਕੀਤੀ ਸੀ। ਸੋ ਮੈਨੂੰ ਲੱਗਦਾ ਕਿ ਇਹਨਾਂ ਬੱਚਿਆਂ ਦੀ ਆਪਾਂ ਆਪਣੇ ਕੋਲ ਹੈ ਨਹੀਂ ਹੁਣ ਕੰਟਰੋਲ, ਆਪਾਂ ਚਾਹੁੰਦੇ ਹਾਂ ਕਿ ਇਹ ਡੈਡ ਦੀਆਂ ਗੱਲਾਂ ਮੰਨਣ ਜਾਂ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਆਪਣਾ ਸੰਸਾਰ, ਜਿਹੜੇ ਇੱਥੋਂ ਦੇ ਬੱਚੇ ਪਲ ਗਏ ਆ, ਉਹ ਆਪਣਾ ਸੰਸਾਰ ਆਪ ਬਣਾਉਣਗੇ, ਆਪਣਾ ਉਹਨਾਂ 'ਤੇ ਜਿਹੜਾ ਹੈਗਾ ਬਹੁਤ ਦੂਰ ਰਹਿ ਕੇ ਜਿਹੜਾ ਕੁਛ ਆਪਾਂ, ਮੈਨੂੰ ਲੱਗਦਾ ਜੇ ਕੋਈ ਭਲੇ ਦੀ ਗਾਈਡ ਕਰ ਲਈਏ ਤਾਂ ਚੰਗਾ, ਉਹਨਾਂ ਨੇ ਕੋਈ ਨੈਗੇਟਿਵਿਟੀਜ਼ ਜਿਹੜੀਆਂ ਹੈਗੀਆਂ ਦੇ ਆਰ ਨੋਟ ਗੋਇੰਗ ਟੂ, ਪਰ ਹਾਂ ਵੁੱਡ ਇਟ ਟੇਕ ਟਾਈਮ, ਆਫਕੋਰਸ ਇਟ ਵਿਲ ਟੇਕ ਟਾਈਮ ਯਟ, ਹਜੇ ਜਿਦ ਤੱਕ ਜੇ ਹੁਣ ਕੋਈ 50 ਸਾਲਾਂ ਦੇ ਜੇ ਤੁਸੀਂ ਆਪਾਂ ਦੇਖੀਏ ਬਿਜ਼ਨਸ ਕਮਿਊਨਿਟੀ ਦੇ ਵਿੱਚ ਕੌਣ ਰਨ ਕਰ ਰਿਹਾ, ਮੈਨ ਆਰ ਰਨਿੰਗ ਐਵਰੀਥਿੰਗ। 50 ਐਂਡ ਓਵਰ ਜੇ ਤੁਸੀਂ ਅੱਜ ਦੇਖਦੇ ਹੋ, 50 ਐਂਡ ਓਵਰ ਮਰਦ ਅਤੇ ਔਰਤ ਦੀ ਦੇਖਦੇ ਵੀ ਇੰਪਲੋਇਮੈਂਟ ਦਾ ਜਾਂ ਤੁਸੀਂ ਫਾਈਨੈਂਸ਼ੀਅਲ ਦੇਖਦੇ ਹੋ, ਪੰਜਾਬੀ ਮਰਦ ਜਿਹੜੇ ਨੇ, ਮੈਂ ਇੱਕ ਵਾਰੀ ਇੱਥੇ ਲਿਖਿਆ ਸੀਗਾ ਕਿ ਕਿਤੇ ਡੋਨੇਸ਼ਨ ਚੱਲ ਰਹੀ ਸੀਗੀ, ਅਤੇ ਉਸ ਡੋਨੇਸ਼ਨ ਦੇ ਵਿੱਚ ਪਤਾ ਨਹੀਂ ਕਿੰਨਾ 6 ਲੱਖ ਕੁਛ ਨਾ ਕੁਛ ਇਕੱਠੇ ਹੋਏ, ਅਤੇ ਉਹਦੇ ਵਿੱਚੋਂ ਕੋਈ $200-$300 ਸੀ ਜਿਹੜੇ ਕਿਸੇ ਔਰਤਾਂ ਨੇ ਦਿੱਤੇ ਸੀਗੇ। ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਇੰਨੇ ਦੇ ਵਿੱਚੋਂ ਲਿਟਰਲੀ 5-10% ਇਫ ਦੈਟ ਵਾਜ਼ ਦ ਕੰਟਰੀਬਿਊਸ਼ਨ ਆਫ ਅ ਵੁਮੈਨ, ਸੋ ਦੈਟ ਮੀਨਸ ਫਾਈਨੈਂਸ਼ੀਅਲੀ ਸ਼ੀ ਸਟਿਲ ਨੋਟ ਇਕੁਅਲ ਟੂ ਮੈਨ। ਸੋ ਜਿਹੜੇ 50 ਸਾਲ ਵਾਲੇ ਹੈ ਜਦ ਤੱਕ ਇਹ ਰਿਟਾਇਰ ਨਹੀਂ ਹੁੰਦੇ, ਤਾਂ ਮੈਨੂੰ ਇਹ ਲੱਗਦਾ ਕਿ ਅੱਛਾ ਇਹੀ ਮਰਦ ਨੇ, ਇਹਨਾਂ ਨੇ ਪੋਲੀਟਿਕਸ ਕੰਟਰੋਲ ਕੀਤੀ ਹੋਈ ਆ। ਤੁਸੀਂ ਤੁਹਾਨੂੰ ਲੱਗਦਾ ਕਿ ਮੇਰੇ ਅੱਗੇ ਕਹੇ ਹਾਂਜੀ ਹਮ ਰਨ ਕਰੇਂਗੇ, ਮੈਨੇ ਸਰੀ ਕੋ ਬਦਲ ਦੇਣਾ ਹੈ, ਮੈਨੇ ਕਹਿਣਗੇ ਬੀਬੀ ਠਹਿਰ ਜਾ, ਸਾਡੇ ਕੋਲ ਉਹ ਭਾਈ ਆ, ਅਸੀਂ ਉਹਨੂੰ ਪੈਸੇ ਦੇ ਕੇ ਉਹਨੂੰ ਇੱਦਾਂ ਇੱਦਾਂ ਖੜਾ ਕਰਨਾ, ਇਹਨੇ ਮਗਰੋਂ ਮੰਨ ਵੀ ਲੈਣਾ, ਤੂੰ ਕੱਲ੍ਹ ਨੂੰ ਸਾਡੇ 'ਤੇ ਰੋਬਸ ਪਾਏਂਗੇ, ਇਹ ਨਹੀਂ ਕਰਨਾ ਉਹ ਨਹੀਂ ਕਰਨਾ, ਲੈ ਹੱਦ ਹੋ ਗਈ। ਅੱਛਾ ਇਹੀ ਮਰਦ ਜਿਹੜੇ ਨੇ ਗੋਰੀ ਔਰਤ ਨੂੰ ਸਪੋਰਟ ਕਰ ਦੇਣਗੇ, ਦਿਸ ਇਜ਼ ਸੋ ਫਨੀ। ਤੁਸੀਂ ਮੰਨ ਸਕਦੇ ਹੋ ਜਿਹੜੇ ਆਪਣੇ ਪੰਜਾਬੀ ਮਰਦ ਨੇ, ਪੰਜਾਬੀ MLA MP ਵੀ ਬਣੀਆਂ ਇੱਥੋਂ ਆਪਣੀ। ਹਾਂਜੀ, ਪਰ ਜੇ ਤੁਸੀਂ ਇੱਦਾਂ ਇਨ ਜਨਰਲਾਈਜ਼ ਨਹੀਂ ਕਰ ਸਕਦੇ, ਜਿੰਨੀ ਹੋਰਾਂ ਦਾ ਐਕਸਪੀਰੀਅੰਸ ਪਿੱਛੋਂ ਕਿੱਥੋਂ ਆਏ, ਕਿੰਨੇ ਛੋਟੇ ਸੀ ਜਦੋਂ ਸ਼ੀ ਕੇਮ ਇਨ ਟੂ ਇੰਗਲੈਂਡ ਐਂਡ ਵਟ ਕਾਈਂਡ ਆਫ ਐਕਸਪੀਰੀਅੰਸ ਦੈਟ ਸ਼ੀ ਹੈਡ, ਇੱਥੇ ਆ ਕੇ ਉਹਨਾਂ ਨੂੰ ਕੀ ਓਪਰਚੁਨਿਟੀਜ਼ ਮਿਲੀਆਂ। ਸੋ ਮੈਨੂੰ ਲੱਗਦਾ ਵੀ ਤੁਸੀਂ, ਪਰ ਇੰਨਿਆਂ ਦੇ ਧਾੜ ਦੇ ਵਿੱਚ ਤੁਸੀਂ ਇੱਕ ਨੂੰ ਗੱਲ ਕਰਕੇ ਕਹਿੰਦੇ ਦੇਖਿਆ ਪਹੁੰਚ ਗਈ, ਨਹੀਂ
right? Mm. You really have to understand as to what kind of circumstances did she have, what kind of support she had. Yeah, by luck vi kai jehde log hunde hai, by luck vi aa jande hai, hai na? Par oh, par kinniyan kachaniyan ne? But aurat te mard 50-50% hai, right? So kyon ode vichon jehdi 1% hove, why is that? And for years, hun tak je tusi Alberta, Ontario te BC, tinno jehdiyan si, they were run by a woman. ਅੱਜ ਜਿਹੜੀ ਕੀ ਹਾਲਾਤ ਹੈ ਕਿ ਤਿੰਨਾਂ ਦੇ ਵਿੱਚ ਮੇਲ ਡੋਮੀਨੇਟਿੰਗ ਹੈਗੀ ਹੈ ਸੋ ਵਟ ਡਜ਼ ਦੈਟ ਟੈਲ ਯੂ ਦੈਟ ਹਾਊ ਕੁਇਕਲੀ ਇਟ ਚੇਂਜਸ ਇਨ ਟੂ ਦੈਟ ਐਂਡ ਦੈਨ ਦੋਜ਼ ਲੇਡੀਜ਼ ਹੂ ਐਕਚੁਅਲੀ ਟੇਕ ਦੀਸ ਪੋਜੀਸ਼ਨ ਜਿਹੜੀਆਂ ਲੀਡਰਸ਼ਿਪ ਪੋਜੀਸ਼ਨ 'ਤੇ ਆ ਜਾਂਦੀਆਂ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਜੇ ਤੁਸੀਂ ਉਹ ਲੈਣ ਤਾਂ ਉਹਦੇ 'ਚ ਬਹੁਤ ਵੱਡੀ ਹੋ ਜਾਂਦੀ ਹੈ ਕਿ ਤੁਸੀਂ ਬਾਂਹ ਫੜ ਕੇ ਹੋਰ ਕਿੰਨਿਆਂ ਨੂੰ ਤੁਸੀਂ ਉਹ ਐਕਸਪੀਰੀਅੰਸ ਦੇਣਾ ਕਿੰਨਿਆਂ ਨੂੰ ਤੁਸੀਂ ਉਸ ਐਕਸਪੋਜਰ ਦੇਣਾ ਅਲਟੀਮੇਟਲੀ ਜਿਹੜੀ ਗੱਲ ਮੁੱਕਦੀ ਹੈ ਉਹ ਤੁਹਾਨੂੰ ਓਪਰਚੁਨਿਟੀਜ਼ ਟੂ ਲਰਨ ਆ ਔਰਤ ਅਤੇ ਮਰਦ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਫਰਕ ਨਹੀਂ ਗਾ ਹੈ ਨਾ ਇਹ ਨਹੀਂ ਵੀ ਔਰਤ ਦਾ ਦਿਮਾਗ ਛੋਟਾ ਅਤੇ ਮਰਦ ਦਾ ਵੱਡਾ ਅਤੇ ਉਹਦੀ ਜ਼ਿਆਦਾ ਲੈਣਾ ਦਿਮਾਗ ਦੇ ਵਿੱਚ ਔਰਤ 'ਤੇ ਘੱਟ ਆ ਸ਼ਾਇਦ ਔਰਤ ਇਜ਼ ਮੋਰ ਮਲਟੀ ਟਾਸਕਰ ਹੈ ਨਾ ਇਟਸ ਨੋਨ ਮੈਡੀਕਲ ਫੈਕਟ ਦ ਫੈਕਟ ਇਜ਼ ਹਾਊ ਮੈਨੀ ਓਪਰਚੁਨਿਟੀਜ਼ ਡੂ ਵੀ ਪ੍ਰੋਵਾਈਡ ਟੂ ਲੇਡੀਜ਼ ਟੂ ਗਰਲਸ ਰਾਈਟ ਫਰੋਮ ਵੈਨ ਦੇ ਆਰ 2 ਈਅਰ ਓਲਡ ਉਹਨਾਂ ਨੂੰ ਤੁਸੀਂ ਓਪਰਚੁਨਿਟੀਜ਼ ਕੀ ਦਿੰਦੇ ਹੋ ਉਸ ਓਪਰਚੁਨਿਟੀਜ਼ ਨੇ ਤੁਹਾਨੂੰ ਉਹ ਫਾਈਨਲ ਪ੍ਰੋਡਕਟ ਜਿਹੜਾ ਦੇਣਾ ਸੋ ਆਈ ਵੁੱਡ ਜਸਟ ਸੇ ਗਿਵ ਓਪਰਚੁਨਿਟੀਜ਼ ਆਪਣੇ ਬੱਚਿਆਂ ਨੂੰ ਤੁਸੀਂ ਜ਼ਿਆਦਾ ਮੌਕੇ ਦਿਓ ਸ਼ੁਕਰੀਆ ਮੀਰਾ ਜੀ ਤੁਸੀਂ ਸਾਡੀ ਬੇਨਤੀ 'ਤੇ ਸਮਾਂ ਕੱਢਿਆ ਅੱਜ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਦੋਸਤੋ ਅਸੀਂ ਅੱਜ ਗੱਲਬਾਤ ਕੀਤੀ ਇੱਥੇ ਔਰਤ ਦੀ ਕੀ ਸਥਿਤੀ ਹੈ ਪੰਜਾਬੀ ਔਰਤ ਦੀ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਉਹ ਫਿਊਡਲ ਵੈਲਿਊ ਛੱਡਣੀਆਂ ਪੈਣਗੀਆਂ ਇਹਦੇ ਨਾਲ ਤੁਹਾਨੂੰ ਸਹਿਮਤ ਹੋਵੋ ਨਾ ਹੋਵੋ ਬੱਚਿਆਂ ਨੇ ਕਰ ਲੈਣਾ ਮੁੰਡੇ ਕੁੜੀ ਨੂੰ ਬਰਾਬਰ ਦੇ ਮੌਕੇ ਦਿਓ ਇੱਜ਼ਤ ਦਾ ਕੋਨਸੈਪਟ ਕੁੜੀ ਦੇ ਨਾਲ ਨਾ ਜੋੜੋ ਇਕੱਲੇ ਦੇ ਨਾਲ ਮੁੰਡੇ ਨਾਲ ਵੀ ਜੋੜੋ ਜੇ ਉਹਦੇ ਲਈ ਆ ਤਾਂ ਉਹਦੇ ਲਈ ਵੀ ਬਰਾਬਰ ਆ ਔਰਤ ਕੁਛ ਪੱਖ ਦੇ ਵਿੱਚ ਮਰਦ ਨਾਲੋਂ ਕਿਤੇ ਅੱਗੇ ਆ ਉਹ ਬੱਚੇ ਨੂੰ ਜਨਮ ਦਿੰਦੀ ਆ ਉਹ ਕ੍ਰੀਏਟ ਕਰਦੀ ਆ ਸਿਰਜਦੀ ਆ ਸ਼ਾਇਦ ਇਸ ਇੱਕੋ ਗੱਲ ਕਰਕੇ ਹੀ ਉਹ ਕਦੇ ਵੀ ਮਰਦ ਉਹਦੇ ਬਰਾਬਰ ਨੇੜੇ ਤੇੜੇ ਵੀ ਨਹੀਂ ਜਾ ਸਕਦਾ ਪਰ ਇਹਨੂੰ ਪ੍ਰੈਕਟੀਕਲੀ ਇੱਥੇ ਲਾਗੂ ਕਰਨਾ ਪਊਗਾ ਪੁਰਾਣੀਆਂ ਗੱਲਾਂ ਨੂੰ ਛੱਡਣਾ ਪਊਗਾ ਕਿਤੇ ਨਾ ਕਿਤੇ ਸਾਨੂੰ ਇਹ ਵੀ ਸਮਝਣਾ ਪਊਗਾ ਕਿ ਸਿਰਫ ਵੈਸਟ ਨੂੰ ਫੋਲੋ ਕਰਨਾ ਸਿਰਫ ਇੱਥੋਂ ਵਾਲਿਆਂ ਨੂੰ ਫੋਲੋ ਕਰਨਾ ਉਹ ਵੀ ਕਿਤੇ ਨਹੀਂ ਪਹੁੰਚੇ ਜੇ ਅੱਜ ਸਾਡੇ ਸਮਾਜ ਦੇ ਵਿੱਚ ਸਿਰਫ ਇਹ ਨਹੀਂ ਆ ਕਿ ਔਰਤ ਮਰਦ ਸਾਡੇ 'ਚ ਹੀ ਬਰਾਬਰ ਨਹੀਂ ਸੀ ਇੱਥੇ ਬਰਾਬਰ ਆ ਨਹੀਂ ਸ਼ਰਾਬ ਪੀਣੀ ਬਾਹਰ ਘੁੰਮਣਾ ਇਹ ਵੀ ਆਜ਼ਾਦੀ ਨਹੀਂ ਆ ਇਹ ਵੀ ਕੋਈ ਬਰਾਬਰਤਾ ਦਾ ਪੈਰਾਮੀਟਰ ਨਹੀਂ ਆ ਕਿ ਹੁਣ ਔਰਤ ਬਹੁਤ ਤਰੱਕੀ ਕਰ ਗਈ ਆ ਉਹ ਇਸ ਤਰ੍ਹਾਂ ਹੋ ਗਈ ਆ ਸਾਨੂੰ ਸੱਚਮੁੱਚ ਉਹਨੂੰ ਜਿਹੜੀ ਗੱਲ ਮੀਰਾ ਜੀ ਨੇ ਕਹੀ ਆ ਉਹਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ ਉਹ ਪਾਸ ਹੁੰਦੀ ਆ ਉਹ ਫੇਲ ਹੁੰਦੀ ਆ ਉਹਨੂੰ ਮੌਕੇ ਬਰਾਬਰ ਦੇ ਦਿਓ ਆਪਣੇ ਆਪ ਹੀ ਇਹ ਬਰਾਬਰ ਹੋ ਜਾਣਗੇ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਹਾਂ ਸੋਮਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਇੱਕ ਨਵੀਂ ਸ਼ਖਸੀਅਤ ਦੇ ਨਾਲ ਅਲਵਿਦਾ ਦੋਸਤੋ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ